ਹਾਂ ਸਟੂਡੈਂਟ ਵੈਲਕਮ ਬੈਕ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੈਰੀ 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 ਇੰਪੋਰਟੈਂਟ ਕਲਾਸ ਦੇ ਵਿੱਚ ਜਿਹਦੇ ਵਿੱਚ ਅਸੀਂ ਅੱਜ ਕਰਾਂਗੇ ਤੁਹਾਡਾ ਸੀਡੀਪੀ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਇਹ ਚੈਪਟਰ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਵੀ ਅੱਜ ਤੱਕ ਮੈਂ ਤਾਂ ਕੋਈ ਇਹੋ ਜਿਹਾ ਐਗਜ਼ਾਮ ਦੇਖਿਆ ਨਹੀਂ ਹੈਗਾ ਜਿਹਦੇ ਵਿੱਚ ਇਸ ਦੇ ਨਾਲ ਲੇਟਰ ਕੁਸ਼ਨ ਆਇਆ ਨਾ ਹੋਵੇ ਤਾਂ ਮੈਂ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਜਦੋਂ ਸੀਡੀਪੀ ਦੀ ਕਲਾਸ ਆਪਾਂ ਲਾਸਟ ਲਾਈ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਸੀ ਵੀ ਕੁਝ ਟਾਪਿਕ ਜਿਹੜੇ ਤੁਹਾਡੇ ਚਾਈਲਡ ਡਵੈਲਪਮੈਂਟ ਐਂਡ ਪੈਡਾਗੋਜੀ ਦੀ ਨੇ ਉਹ ਬੜੇ ਇੰਪੋਰਟੈਂਟ ਚੈਪਟਰ ਨੇ ਤੁਹਾਡੇ ਉਹ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਡਾ ਲਾਰੈਂਸ ਕੋਲਵਰਗ ਦਾ ਵੀ ਚੈਪਟਰ ਇੰਪੋਰਟੈਂਟ ਹੈ ਜਿਹਦੇ ਵਿੱਚ ਆਪਾਂ ਚਾਈਲਡ ਡਵੈਲਪਮੈਂਟ ਦੀ ਗੱਲ ਕੀਤੀ ਸੀਗੀ ਅਸੀਂ ਪਿਆਜੇ ਦੇ ਸਿਧਾਂਤ ਦੀ ਗੱਲ ਕੀਤੀ ਸੀ ਅਸੀਂ ਵਾਈਗੋਸਕੀ ਦੇ ਸਿਧਾਂਤ ਦੀ ਗੱਲ ਕੀਤੀ ਸੀ ਤਾਂ ਕਾਫੀ ਇੰਪੋਰਟੈਂਟ ਚੈਪਟਰ ਤੁਹਾਡਾ ਇਹ ਠੀਕ ਹੈ ਜੀ ਹਾਂਜੀ ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਤਾਂ ਆਪਾਂ ਥੋੜਾ ਜਿਹਾ ਪਹਿਲਾਂ ਫੈਕਟ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਪੂਰੇ ਕਨਸੈਪਟ ਨੂੰ ਸਮਝਾਂਗੇ ਫਿਰ ਆਪ ਜਿਹੜਾ ਲਾਰੈਂਸ ਕੋਲਬਰਗ ਸੀ ਇਹ ਕੀ ਕਹਿਣਾ ਚਾਹੁੰਦਾ ਸੀ ਆਪਣੇ ਇਹਦੇ ਵਿੱਚ ਠੀਕ ਹੈ ਜੀ 1927 ਦੇ ਵਿੱਚ ਇਹਦਾ ਜਨਮ ਹੋਇਆ ਜੀ 1987 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਜਾ ਕੇ ਠੀਕ ਹੈ ਤੇ ਇਹਦੇ ਸਿਧਾਂਤ ਨੂੰ ਅਸੀਂ ਮੋਰਲ ਡਵੈਲਪਮੈਂਟ ਦੀ ਥਿਊਰੀ ਜਾਂ ਫਿਰ ਅਸੀਂ ਨੈਤਿਕ ਵਿਕਾਸ ਦੇ ਸਿਧਾਂਤ ਦੇ ਨਾਮ ਨਾਲ ਜਾਣਦੇ ਹਾਂ ਜ਼ਿਆਦਾਤਰ ਕੋਸ਼ਿਸ਼ ਨੇ ਇਸ ਨਾਲ ਰਿਲੇਟਡ ਆਇਆ ਹੋਗਾ ਵੀ ਹਾਂ ਨੈਤਿਕ ਵਿਕਾਸ ਦਾ ਜਿਹੜਾ ਸਿਧਾਂਤ ਸੀ ਉਹ ਕਿਹਨੇ ਦਿੱਤਾ ਸੀਗਾ ਤਾਂ ਉਹ ਲਾਰੈਂਸ ਕੋਲਬਰਗ ਵਾਰਾ ਦਿੱਤਾ ਗਿਆ ਸੀ ਜਿਹੜੇ ਕਿ ਕਿੱਥੋਂ ਦੇ ਰਹਿਣ ਵਾਲੇ ਸੀਗੇ ਇਹ ਯੂ ਐਸ ਦੇ ਰਹਿਣ ਵਾਲੇ ਸੀ ਠੀਕ ਹੈ ਜੀ ਤਾਂ ਇਫੈਕਟ ਨੇ ਕੁਝ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਜ ਇਨਸਪਾਇਰ ਕੀਤਾ ਸੀਗੇ ਇਹ ਜੀਨ ਪਿਆਜੇ ਤੋਂ ਇਨਸਪਾਇਰ ਸੀਗੇ ਜੀਨ ਪਿਆਜੇ ਦਾ ਇੱਕ ਬੜਾ ਇੰਪੋਰਟੈਂਟ ਜਿਹਾ ਸਿਧਾਂਤ ਹੈਗਾ ਮੋਰਲ ਡਿਵੈਲਪਮੈਂਟ ਦਾ ਸਿਧਾਂਤ ਹੈ ਜਿਹੜਾ ਪਰ ਜੀਨ ਪਿਆਜੇ ਦਾ ਜਿਹੜਾ ਸਿਧਾਂਤ ਜਿਆਦਾ ਇੰਪੋਰਟੈਂਟ ਹੋਇਆ ਉਹ ਹੋਇਆ ਕਾਗਨੀਸ਼ਨ ਡਿਵੈਲਪਮੈਂਟ ਦਾ ਜਾਂ ਕਾਗਨੀਟਿਵ ਡਿਵੈਲਪਮੈਂਟ ਦਾ ਸੰਗਿਆਨਾਤਮਕ ਵਿਕਾਸ ਦਾ ਸਿਧਾਂਤ ਜੀ ਨੂੰ ਅਸੀਂ ਕਹਿੰਦੇ ਹਾਂ ਹਰ ਥਿੰਕਰ ਨੇ ਬਹੁਤ ਸਾਰੀਆਂ ਥਿਊਰੀਆਂ ਦਿੱਤੀਆਂ ਨੇਗੀਆਂ ਪਰ ਉਹ ਆਪਣੇ ਕਿਸੇ ਪਾਰਟਿਕੂਲਰ ਥਿਊਰੀ ਕਰਕੇ ਜਿਆਦਾ ਫੇਮਸ ਹੋਇਆਗਾ ਜਿਵੇਂ ਵਾਈਗੋਟਸਕੀ ਦੀ ਆਪਾਂ ਗੱਲ ਕਰ ਲੈਨੇ ਤਾਂ ਵਾਈਗੋਟਸ ਜਿਹੜੇ ਜੀਨ ਪਿਆਜੇ ਸੀਗੇ ਉਹ ਆਪਣੀ ਕਾਗਨਿਟਿਵ ਡਿਵੈਲਪਮੈਂਟ ਦੀ ਥਿਊਰੀ ਦੇ ਨਾਲ ਜਿਆਦਾ ਇੰਪੋਰਟੈਂਟ ਹੋਏ ਨੇ ਤੇ ਜਿਹੜੇ ਸਾਡੇ ਅੱਜ ਦੇ ਲਾਰੈਂਸ ਕੋਲਬਰਗ ਨੇ ਇਹ ਆਪਣੇ ਨੈਤਿਕ ਵਿਕਾਸ ਦੇ સિਧਾਂਤ ਦੇ ਨਾਲ ਜਿਆਦਾ ਇੰਪੋਰਟੈਂਟ ਹੋਏ ਨੇ ਠੀਕ ਹੈ ਜੀ ਹਾਂਜੀ ਤਾਂ ਦੇਖੋ ਇਹਦੀ ਜਿਹੜੀ ਜਿਹੜਾ ਇਹਦਾ સિਧਾਂਤ ਸੀਗਾ ਇਹ ਬੇਸਿਕਲੀ ਇਹ ਥਿਊਰੀ ਬੇਸਡ ਸੀਗਾ ਥਿਊਰੀ ਮਤਲਬ ਸੌਰੀ ਸਟੋਰੀ ਬੇਸਡ ਈਗਾ ਇਹ ਠੀਕ ਹੈ ਇਹਨੇ ਬਹੁਤ ਸਾਰੀਆਂ ਜਿਹੜੀ ਇਹਦੀ ਥਿਊਰੀ ਸੀ ਉਹ ਸਟੋਰੀ ਬੇਸਡ ਈਗੀ ਇਹਨੇ ਬਹੁਤ ਸਾਰੀਆਂ ਸਟੋਰੀਆਂ ਦਾ ਨਿਰਮਾਣ ਕੀਤਾ ਸੀ ਕਲਪਨਿਕ ਸਟੋਰੀਆਂ ਦਾ ਨਿਰਮਾਣ ਕੀਤਾ ਸੀ 11 ਇਹਨਾਂ 11 ਸਟੋਰੀਆਂ ਨੂੰ ਆਧਾਰ ਬਣਾ ਕੇ ਇਹਨੇ 11 ਕਹਾਣੀਆਂ ਨੂੰ ਆਧਾਰ ਬਣਾ ਕੇ ਕਲਪਨਿਕ ਕਹਾਣੀਆਂ ਨੂੰ ਆਧਾਰ ਬਣਾ ਕੇ ਇਹਨੇ ਅਲੱਗ-ਅਲੱਗ ਉਮਰ ਦੇ ਬੱਚੇ ਸੀ ਉਹਨਾਂ ਬਾਰੇ ਜਿਹੜੇ ਉਹਨਾਂ ਤੋਂ ਨੈਤਿਕਤਾ ਦੇ ਬਾਰੇ ਸਵਾਲ ਪੁੱਛੇ ਸੀਗੇ ਤੇ ਸਵਾਲ ਪੁੱਛਣ ਤੋਂ ਬਾਅਦ ਫਿਰ ਉਹਨੇ ਆਪਣੇ ਸਿਧਾਂਤ ਦਾ ਨਿਰਮਾਣ ਕੀਤਾ ਸੀਗਾ ਲਾਰੈਂਸ ਕੋਲਬਰਗ ਨੇ ਆਪਣੇ ਸਿਧਾਂਤ ਦਾ ਨਿਰਮਾਣ ਕੀਤਾ ਸੀਗਾ ਥੋੜੇ ਫੈਕਟ ਆਪਾਂ ਇੱਕਦੋ ਹੋਰ ਕਰ ਲੈਣੇ ਆ ਜਿਵੇਂ ਆਪਾਂ ਬੁੱਕਸ ਦੀ ਗੱਲ ਕਰ ਲੈਨੇ ਆਂ ਦੀ ਤਾਂ ਸਾਈਕੋਲੋਜੀ ਆਫ ਮੋਰਲ ਡਿਵੈਲਪਮੈਂਟ ਇਹਦੀ ਵੈਰੀ ਇੰਪੋਰਟੈਂਟ ਬੁੱਕ ਹੈਗੀ ਦੀ ਫਿਲਾਸਫੀ ਆਫ ਮੋਰਲ ਡਿਵੈਲਪਮੈਂ ਦੀ मीनिंग ਐਂਡ ਮੈਜ਼ਰਮੈਂਟ ਆਫ ਮੋਰਲ ਡਵੈਲਪਮੈਂਟ ਇਹਦੀ ਕਾਫੀ ਇੰਪੋਰਟੈਂਟ ਬੁੱਕ ਹੈ ਤੁਸੀਂ ਦਾ ਸਕਰੀਨਸ਼ਾਟ ਲੈ ਲਿਓ ਠੀਕ ਹੈ ਨਾ ਤੇ ਵੈਰੀ ਇੰਪੋਰਟੈਂਟ ਬੁੱਕਸ ਦੇ ਵਿੱਚ ਇਹਦੀ ਕਾਊਂਟ ਹੁੰਦੀਆਂ ਨੇ ਜੀ ਠੀਕ ਹੈ ਚਲੋ ਹੁਣ ਆਪਾਂ ਅਨੇ ਦੀ ਥਿਊਰੀ ਦੇ ਉੱਪਰ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆਗਾ ਵੀ ਇਹਨੇ 11 ਮੋਰਲ ਸਟੋਰੀਜ਼ ਜਿਹੜੀਆਂ ਸੀਗੀਆਂ ਇਹਨੇ ਕ੍ਰੀਏਟ ਕੀਤੀਆਂ ਸੀਗੀਆਂ ਤੇ ਉਹਦੇ ਆਧਾਰ ਦੇ ਉੱਪਰ ਬੱਚਿਆਂ ਦੀ ਇਹਨੇ ਮੋਰੈਲਟੀ ਚੈੱਕ ਕੀਤੀ ਸੀ ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਮੋਰੈਲਟੀ ਹੁੰਦੀ ਕੀ ਹੈ ਨੈਤਿਕਤਾ ਹੁੰਦੀ ਕੀ ਹੈ ਨੈਤਿਕਤਾ ਨੂੰ ਜੇ ਅਸੀਂ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਵੀ ਨੈਤਿਕਤਾ ਕੀ ਹੁੰਦੀ ਹੈ ਤਾਂ ਨੈਤਿਕਤਾ ਨੂੰ ਅਸੀਂ ਕਹਾਂਗੇ ਵੀ ਨੈਤਿਕਤਾ ਕਿਸੇ ਸਮਾਜ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੇ ਲਈ ਬਣਾਏ ਗਏ ਨਿਜ਼ਮ ਜਾਂ ਕਾਨੂੰਨ ਨੇਗੇ ਇਹਦੇ ਅਕੋਰਡਿੰਗ ਕੋਈ ਵੀ ਜਿਹੜਾ ਸਮਾਜ ਚੱਲਦਾ ਹੁੰਦਾ ਹੈ ਹਾਂਜੀ ਰੂ ਰੈਗੂਲੇਸ਼ਨ ਆਫ ਸੋਸਾਇਟੀ ਮਤਲਬ ਸਮਾਜ ਦੁਆਰਾ ਬਣਾਏ ਗਏ ਰੂ ਰੈਗੂਲੇਸ਼ਨ ਨੇ ਜਿਹੜੇ ਸਮਾਜ ਨੂੰ ਚਲਾਉਣ ਦੇ ਲਈ ਕੀ ਹੁੰਦੇ ਨੇ ਜ਼ਰੂਰੀ ਹੁੰਦੇ ਨੇਗੇ ਹੁਣ ਜਿਹੜੇ ਇਹ ਰੂ ਰੈਗੂਲੇਸ਼ਨ ਨੇ ਇਹ ਵੈਰੀ ਕਰਦੇ ਨੇ ਸਮਾਜ ਤੋਂ ਸਮਾਜ ਸਾਡੇ ਸਮਾਜ ਦੇ ਵਿੱਚ ਕਿਸੇ ਹੋਰ ਪ੍ਰਕਾਰ ਦੇ ਰੂਲ ਨੇਗੇ ਅਮਰੀਕਾ ਦੇ ਸਮਾਜ ਦੇ ਵਿੱਚ ਕਿਸੇ ਹੋਰ ਪ੍ਰਕਾਰ ਦੇ ਰੂਲ ਨੇਗੇ ਸਮਾਜ ਦੇ ਅੰਦਰ ਵੀ ਸਮਾਜ ਹੁੰਦਾ Hindu ਸਮਾਜ ਦੇ ਵਿੱਚ ਅਲੱਗ ਪ੍ਰਕਾਰ ਦੇ ਰੂਲ ਨੇ ਮੁਸਲਮਾਨ ਸਮਾਜ ਦੇ ਵਿੱਚ ਅਲੱਗ ਪ੍ਰਕਾਰ ਦੇ ਰੂਲ ਲਿਖੇ ਜਿਹੜੀ ਤਾਂ ਵੈਰੀ ਕਰਦਾ ਹੁੰਦਾ ਇਹ ਸਮਾਜ ਨੂੰ ਸਮਾਜੀ ਵੈਰੀ ਕਰਦਾ ਹੈ ਇਹ ਸਮਾਂ ਹਨ ਤੇ ਵਿਅਕਤੀ ਦੇ ਅਨੁਸਾਰ ਬਦਲ ਵੀ ਜਾਂਦੇ ਨੇ ਇਹ ਠੀਕ ਹੈ ਜਿਹੜੀ ਤੁਹਾਡੀ ਮੋਰੈਲਟੀ ਹੈ ਇਹ ਸਮਾਂ ਸਥਾਨ ਤੇ ਵਿਅਕਤੀ ਦੇ ਅਨੁਸਾਰ ਬਦਲ ਵੀ ਜਾਂਦੀ ਹੈ ਅੱਜ ਤੋਂ 100 ਸਾਲ ਪਹਿਲਾਂ ਕੋਈ ਗੱਲ ਮੋਰੈਲਟੀ ਹੈਗੀ ਸੀਗੀ ਠੀਕ ਹੈ ਜੀ ਅੱਜ ਉਹ ਮੋਰੈਲਟੀ ਨਹੀਂ ਹੈਗੀ ਉਸੀ ਥਾਨ ਬਦਲ ਕੇ ਭਾਰਤ ਤੋਂ ਕੈਨੇਡਾ ਚਲੇ ਗਏ ਤੁਹਾਡੇ ਵਾਸਤੇ ਉਹ ਚੀਜ਼ ਪਹਿਲਾਂ ਮੋਰੈਲਟੀ ਸੀ ਹੁਣ ਮੋਰੈਲਟੀ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਇੱਕ ਪਾਰਟਿਕੂਲਰ ਵਿਅਕਤੀ ਨਾਲ ਕਿਸੇ ਹੋਰ ਪ੍ਰਕਾਰ ਦੀ ਨੈਤਿਕਤਾ ਦਾ ਪ੍ਰਦਰਸ਼ਨ ਕਰਦੇ ਹੋ ਠੀਕ ਹੈ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਹੋਰ ਪ੍ਰਕਾਰ ਦੀ ਨੈਤਿਕਤਾ ਦਾ ਪ੍ਰਦਰਸ਼ਨ ਕਰਦੇ ਹੋ ਤੁਸੀਂ ਆਪਣੇ ਗੁਰੂਆਂ ਦੇ ਨਾਲ ਫੋਟੋ ਕਰਦੇ ਹੋ ਨੈਤਿਕਤਾ ਦਾ ਪ੍ਰਦਰਸ਼ਨ ਤੁਸੀਂ ਬੱਚਿਆਂ ਨਾਲ ਫੋਟੋ ਕਰਦੇ ਹੋ ਨੈਤਿਕਤਾ ਦਾ ਪ੍ਰਦਰਸ਼ਨ ਕਰਦੇ ਹੋਗੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਸਮੇਂ ਸਥਾਨ ਤੇ ਵਿਅਕਤੀ ਦੇ ਅਨੁਸਾਰ ਨੈਤਿਕਤਾ ਜਿਹੜੀ ਹੈ ਉਹ ਬਦਲ ਜਾਂਦੀ ਹੁੰਦੀ ਹੈ ਠੀਕ ਹੈ ਅਸੀਂ ਛੋਟੀ ਉਮਰ ਦੇ ਵਿੱਚ ਅ ਬਿਨਾ ਕੱਪੜਿਆਂ ਤੋਂ ਵੀ ਫਿਰਦੇ ਰਹਿੰਦੇ ਸੀਗੇ ਪਰ ਹੁਣ ਕੀ ਅਸੀਂ ਫਿਰਾਂਗੇ ਨਹੀਂ ਬਈ ਕਿਉਂ ਵੀ ਕਿਉਂਕਿ ਸਮਾਂ ਬਦਲ ਚੁੱਕਿਆ ਹੈਗਾ ਠੀਕ ਹੈ ਨਾ ਸਮਾਂ ਬਦਲ ਚੁੱਕਿਆ ਹੈਗਾ ਸਥਾਨ ਚੇਂਜ ਹੋ ਚੁੱਕਿਆ ਹੈਗਾ ਹੁਣ ਸਾਡੀ ਉਮਰ ਜਿਹੜੀ ਜਵਾਨੀ ਦੀ ਉਮਰ ਆ ਚੁੱਕੀ ਹੈ ਨਹੀਂ ਅਸੀਂ ਇਸ ਤਰ੍ਹਾਂ ਕਰ ਸਕਦੇ ਹੈਗੇ ਜਿਹੜਾ ਸਮਾਂ ਬਦਲ ਜਾਂਦਾ ਹੈ ਸਥਾਨ ਬਦਲ ਜਾਂਦਾ ਤੇ ਵਿਅਕਤੀ ਬਦਲ ਜਾਂਦਾ ਉਹਦੇ ਅਕੋਰਡਿੰਗ ਫਿਰ ਸਾਡੀ ਮੋਰੈਲਟੀ ਵੀ ਕੀ ਹੋ ਜਾਂਦੀ ਹੈ ਚੇਂਜ ਹੋ ਜਾਂਦੀ ਹੁੰਦੀ ਹੈਗੀ ਠੀਕ ਹੈ ਜੀ ਚਲੋ ਤਾਂ ਮੋਰੈਲਟੀ ਨੂੰ ਪਾ ਸਮਝ ਲਿਆ ਕੀ ਹੁੰਦੀ ਹੈ ਮੋਰੈਲਟੀ ਕਿਸੇ ਸਮਾਜ ਨੂੰ ਚਲਾਉਣ ਦੇ ਲਈ ਕੁਝ ਨਿਜ਼ਮ ਕਾਨੂੰਨ ਬਣਾਏ ਜਾਂਦੇ ਨੇ ਜਿਹਦੇ ਅਕੋਰਡਿੰਗ ਫ ਕਿਸ ਸਮੇਂ ਸਥਾਨ ਦੇ ਵਿਅਕਤੀ ਦੇ ਅਨੁਸਾਰ ਮੋਰੈਲਿਟੀ ਤੁਹਾਡੀ ਕਿਵੇਂ ਚੇਂਜ ਹੋ ਜਾਂਦੀ ਹੈਗੀ ਹਨਾ ਤਾਂ ਹੁਣ ਮੰਨ ਲਓ ਫਰਜ਼ ਕਰੋ ਵੀ ਕੋਈ ਵਿਅਕਤੀ ਪਾਣੀ ਦੇ ਵਿੱਚ ਡੁੱਬ ਰਿਹਾ ਹੈਗਾ ਵੱਡੀ ਕਿੰਤੀ ਦੇ ਵਿੱਚ ਹਨਾ ਤੁਹਾਨੂੰ ਪਤਾ ਲੱਗਿਆ ਜੀ ਤੁਸੀਂ ਇਸ ਕਿਸ਼ਤੀ ਦੇ ਵਿੱਚ ਸਵਾਰ ਹੋ ਇੱਕ ਠੀਕ ਹੈ ਇਹ ਤੁਹਾਡੀ ਕਿਸ਼ਤੀ ਹੈਗੀ ਤੇ ਪਾਣੀ ਦੇ ਵਿੱਚ ਜਾ ਰਹੀ ਹੈ ਤੇ ਤੁਹਾਨੂੰ ਪਤਾ ਲੱਗਿਆ ਜੀ ਇੱਕ ਬੰਦਾ ਇਸ ਸਾਈਡ ਤੇ ਡੁੱਬ ਰਿਹਾ ਹੈ ਤੇ 10 ਬੰਦੇ ਇਸ ਸਾਈਡ ਤੇ ਡੁੱਬ ਰਹੇ ਨੇਗੇ ਠੀਕ ਹੈ ਹੁਣ ਤੁਹਾਡੀ ਮੋਰੈਲਿਟੀ ਕੀ ਕਹਿੰਦੀ ਹੈ ਵੀ ਤੁਸੀਂ ਕਿਹਨੂੰ ਬਚਾਓਗੇ ਤੁਹਾਡੀ ਮੋਰੈਲਿਟੀ ਇਹ ਕਹਿੰਦੀ ਹੈ ਵੀ ਅਸੀਂ ਕਿਹਨੂੰ ਬਚਾਵਾਂਗੇ ਜੀ ਅਸੀਂ ਅਸੀਂ 10 ਬੰਦਿਆਂ ਨੂੰ ਬਚਾਵਾਂਗੇ ਇਹੀ ਕਹਿੰਦੀ ਸਾਰਿਆਂ ਦੀ ਨਾਮ ਮੋਸਟਲੀ ਬੰਦਿਆਂ ਦੀ ਮੌਲਟੀ ਇਹ ਕਹਿੰਦੀ ਹੋਊਗੀ ਵੀ ਜੇ 10 ਬੰਦੇ ਇੱਕ ਸਾਈਡ ਦੇ ਪਾਣੀ ਦੇ ਵਿੱਚ ਡੁੱਬ ਰਹੇ ਨੇ ਤੇ ਇੱਕ ਬੰਦਾ ਇੱਕ ਸਾਈਡ ਦੇ ਉੱਪਰ ਪਾਣੀ ਦੇ ਵਿੱਚ ਡੁੱਬ ਰਿਹਾ ਹੈਗਾ ਤਾਂ ਅਸੀਂ ਪ੍ਰਾਇਓਰਟੀ ਕਿਹਨੂੰ ਦੇਵਾਂਗੇ ਜੀ ਤਾਂ ਅਸੀਂ 10 ਬੰਦਿਆਂ ਨੂੰ ਪ੍ਰਾਇਓਰਟੀ ਦੇਵਾਂਗੇ ਠੀਕ ਹੈ ਜੀ ਹੁਣ ਦੇਖੋ ਵਿਅਕਤੀ ਦੇ ਅਨੁਸਾਰ ਤੁਹਾਡੀ ਮੌਲਟੀ ਚੇਂਜ ਹੋ ਜੂਗੀ ਕਿਵੇਂ ਚੇਂਜ ਹੋ ਜਾਂਦੀ ਹੈ فرض ਕਰੋ ਇਹ ਸੀ ਪਹਿਲਾ ਦ੍ਰਿਸ਼ ਤੇ ਦੂਸਰਾ ਦ੍ਰਿਸ਼ ਕੀ ਕਹਿੰਦਾ ਜੀ ਦੂਸਰਾ ਦ੍ਰਿਸ਼ ਇਹ ਕਹਿੰਦਾ ਵੀ ਜਿਹੜਾ ਇਹ ਸਿੰਗਲ ਵਿਅਕਤੀ ਹੈ ਇਹ ਤੁਹਾਡਾ ਕੋਈ ਖਾਸ ਬੰਦਾ ਹੈ ਇਹ ਤੁਹਾਡੇ ਫਾਦਰ ਨੇ ਇਹ ਤੁਹਾਡੀ ਮਦਰ ਹੈ ਤੁਹਾਡਾ ਭਰਾ ਹੈ ਫਿਰ ਤੁਹਾਡੀ ਮੋਰੈਲਟੀ ਕੀ ਕਹਿੰਦੀ ਹੈ ਫਿਰ ਤੁਹਾਡੀ ਮੋਰੈਲਟੀ ਕਹਿੰਦੀ ਹੈ ਜਿਆਦਾਤਰ ਬੰਦਿਆਂ ਦੀ ਮਤਲਬ ਇਹ ਨਹੀਂ ਕਹਿੰਦਾ ਕੋਈ ਗੁਰੂ ਗੋਬਿੰਦ ਸਿੰਘ ਨਹੀਂ ਬਣ ਸਕਦਾ ਹੈਗਾ ਵੀ ਹਾਂ ਭਾਈ ਕੋਈ ਗੱਲ ਨਹੀਂ ਮੇਰੇ ਬੱਚਿਆਂ ਨੂੰ ਮੈਂ ਆਪਣੇ ਜੰਗ ਦੇ ਵਿੱਚ ਲੜਨ ਲਈ ਸ਼ਹੀਦ ਹੋਣ ਲਈ ਭੇਜ ਰਿਹਾ ਮੈਂ ਹਨਾ ਤਾਂ ਉਹਨਾਂ ਵਰਗਾ ਦਾ ਦੁੱਖ ਕੋਈ ਬਣ ਨਹੀਂ ਸਕਦਾ ਹੈਗਾ ਨਾਰਮਲ ਬੰਦਿਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਨਾਰਮਲ ਬੰਦਿਆਂ ਦੇ ਵਿੱਚੋਂ ਜ਼ਿਆਦਾਤਰ ਦੀ ਮੋਰੈਲਟੀ ਇਹ ਹੋਗੀ ਮੈਂ ਤਾਂ ਭਾਈ ਆਪਣੇ ਖਾਸ ਬੰਦੇ ਨੂੰ ਬਚਾਉਂਗਾ ਮੈਂ ਇਹਨਾਂ ਦੱਸ ਰਿਹਾ ਤੂੰ ਕੀ ਲੈਣਾ ਇਹਦਾ ਮਤਲਬ ਕੀ ਹੋ ਗਿਆ ਕਿ ਸਮੇਂ ਸਥਾਨ ਤੇ ਵਿਅਕਤੀ ਦੇ ਅਨਸਾਰ ਤੁਹਾਡੀ ਮੋਰੈਲਟੀ ਕੀ ਹੁੰਦੀ ਹੈ ਚੇਂਜ ਹੋ ਜਾਂਦੀ ਹੈ ਵੀ ਮੈਨੂੰ ਦੱਸੋ ਵੀ ਚੋਰੀ ਕਰਨਾ ਪਾਪ ਹੈ ਤੁਸੀਂ ਕਹੋ ਹਾਂਜੀ ਬਿਲਕੁਲ ਪਾਪ ਹੈ ਚੋਰੀ ਕਰਨਾ ਸਾਡਾ ਸਮਾਜ ਤੇ ਨੂੰ ਲਾਉ ਕਰਦਾ ਨਹੀਂ ਹੈਗਾ ਪਰ ਕਈ ਮੈਂ ਸ਼ਾਇਦ ਕਿਤੇ ਉਹ ਸੀਗਾ ਵੀ ਇੱਕ ਹੁਣ ਜਿਵੇਂ ਚੋਰ ਬਿਆਰ ਚ ਵਗਦੀ ਹੈ ਆਪਾਂ ਹਣਾ ਇੱਕ ਮੈਸੇਜ ਚ ਚੋਰਾਂ ਦਾ ਪਿੰਡ ਵੀ ਸੁਣਿਆ ਹੋਇਆ ਹੈਗਾ ਇੱਕ ਚੋਰ ਬਿਆਰ ਆਦ ਹੈ ਨਾ ਤਾਂ ਉਹ ਚੋਰ ਬਿਆਰ ਦੇ ਵਿੱਚ ਮੋਰਲਟੀ ਕੀ ਹੋਊਗੀ ਵੀ ਜਿਹੜਾ ਸਭ ਤੋਂ ਵੱਧਿਆ ਵੱਡਾ ਚੋਰ ਹੋਊਗਾ ਉਹਨੂੰ ਕਹਿਣਗੇ ਹਾਂਜੀ ਬਹੁਤ ਤਕੜਾ ਸਾਡਾ ਸਰਦਾਰ ਹੈ ਤਾਂ ਜੀ ਇਹ ਸ਼ੋਰਾਂ ਮਤ ਚੋਰੀ ਕਰਨਾ ਬਹੁਤ ਵੱਡੀ ਗੱਲ ਹੈਗੀ ਉੱਥੇ ਹਣਾ ਜਾਂ ਫਿਰ ਜਿਹੜੇ ਅਪਰਾਧੀਆਂ ਦਾ ਸਰਦਾਰ ਕੋਈ ਗੁੱਟ ਹੋਊਗਾ ਜਾਂ ਕੋਈ ਡਾਕੂ ਹੋਣਗੇ ਚੋਰ ਹੋਣਗੇ ਉਹਨਾਂ ਦੇ ਸਮਾਜ ਦੇ ਵਿੱਚ ਮੋਰੈਲਿਟੀ ਦਾ ਲੈਵਲ ਕੀ ਹੈਗਾ ਕਿਉਂਕਿ ਉਹਨਾਂ ਦਾ ਆਪਣਾ ਸਮਾਜ ਹੈ ਇੱਕ ਮੈਂ ਤੁਹਾਨੂੰ ਕਹਿਆ ਵੀ ਸਮਾਜ ਤੋਂ ਸਮਾਜ ਵੈਰੀ ਕਰਨ ਦੀ ਚੀਜ਼ ਇਹ ਹੈ ਹਨਾ ਉਹਨਾਂ ਦਾ ਆਪਣਾ ਸਮਾਜ ਹੈਗਾ ਤਾਂ ਹੁਣ ਉਹਨਾਂ ਦੇ ਸਮਾਜ ਦੇ ਵਿੱਚ ਉਹੀ ਚੀਜ਼ ਮੋਰੈਲਿਟੀ ਹੈ ਸਾਡੇ ਸਮਾਜ ਦੇ ਵਿੱਚ ਮੋਰੈਲਿਟੀ ਨਹੀਂ ਹੈਗੀ ਜੇ ਮੰਨ ਲਓ ਕੋਈ ਚੋਰਾਂ ਦਾ ਇਲਾਕਾ ਹੈ ਤੇ ਉਹਦੇ ਵਿੱਚ ਕੋਈ ਚੋਰ ਪਹਿਲਾਂ 50 ਲੱਖ ਰੁਪਏ ਲੁੱਟ ਕੇ ਲੈ ਕੇ ਆਇਆ ਸੀਗਾ ਉਹ ਨੰਬਰ 1 ਚੋਰ ਸੀਗਾ ਤੇ ਅੱਜ ਉਹੀ ਉਹਦੀ ਜਗ੍ਹਾ ਕਿਸੇ ਕੋਈ ਬੰਦਾ ਦੂਸਰਾ ਐਡਾ ਸੀ ਚੋਰ ਉਹ 1 ਕਰੋੜ ਰੁਪਏ ਲੁੱਟ ਕੇ ਲੈ ਕੇ ਆ ਗਿਆ ਉਹ ਕਹਿੰਣਗੇ ਹਾਂ ਯਾਰ ਕਮਾਲ ਹੈ ਯਾਰ ਇਹਦੀ ਜਲਬੋਤ ਹੈਗੀ ਹਨਾ ਉਹਦੇ ਘਰੇ ਪਾਰ ਉਹਦਾ ਮਤਲਬ ਕੀ ਹੈ ਵੀ ਟਾਈਮ ਟੂ ਟਾਈਮ স্থান ਤੋਂ ਸਥਾਨ ਵਿਅਕਤੀ ਤੋਂ ਵਿਅਕਤੀ ਸਾਡੀ ਮੋਰਲਟੀ ਕੀ ਹੁੰਦੀ ਹੈ ਬਦਲ ਜਾਂਦੀ ਹੈ ਚੇਂਜ ਹੁੰਦੀ ਰਹਿੰਦੀ ਹੈ ਗੱਲ ਥੀਰ ਜੀ ਤਾਂ ਇਹ ਮੋਰਲਟੀ ਹੁੰਦੀ ਹੈ ਜੀ ਮੋਰਲਟੀ ਮਤਲਬ ਸਮਾਜ ਦੁਆਰਾ ਬਣਾਏ ਗਏ ਕੁਝ ਰੂਲ ਰੈਗੂਲੇਸ਼ਨ ਨੇ ਜਿਹਦੇ ਅਕੋਰਡਿੰਗ ਸਮਾਜ ਚਲਾਇਆ ਜਾਂਦਾ ਹੁੰਦਾ ਠੀਕ ਹੈ ਜੀ ਅਈ ਹੋ ਗਿਆ ਤੁਹਾਨੂੰ ਸਮਝ ਆ ਗਈ ਹੋਣੀ ਜੀ ਇਹ ਚਲੋ ਆਪਾਂ ਕੀ ਗੱਲ ਕੀਤੀ ਸੀ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਲਾਰੈਂਸ ਕੋਹਲਵਰਗ ਸੀਗਾ ਲਾਰੈਂਸ ਕੋਹਲਵਰਗ ਨੇ 11 ਸਟੋਰੀਜ਼ ਦਾ ਨਿਰਮਾਣ ਕੀਤਾ ਸੀਗਾ ਤੁਹਾਡੀ ਇਸ ਸਿਨਾਰਾ ਨੂੰ ਬਣਾਉਣ ਦੇ ਲਈ 11 ਕਹਾਣੀਆਂ ਦਾ ਨਿਰਮਾਣ ਉਹਨੇ ਕੀਤਾ ਸੀ ਜੀ ਠੀਕ ਹੈ ਜੀ ਉਹਨਾਂ 11 ਕਹਾਣੀਆਂ ਦੇ ਆਧਾਰ ਦੇ ਉੱਪਰ ਉਹਨੇ ਫਿਰ ਆਪਣੇ ਸਿਨਾਰਾ ਦਾ ਨਿਰਮਾਣ ਕੀਤਾ ਹੈਗਾ ਉਹਦੇ ਵਿੱਚੋਂ ਇੱਕ ਸਟੋਰੀ ਸੀ ਹਿੰਜ ਦੀ ਸਟੋਰੀ ਹਿੰਜ ਦੀ ਸਟੋਰੀ ਆਪਾਂ ਮੈਸ ਨੂੰ ਸੁਣਾ ਦੇਣਾ ਹੈਗਾ ਦੇਖੋ ਕੀ ਕਹਿੰਦਾ ਕਿ ਨਾ ਹਿੰਜ ਜਿਹੜਾ ਬੰਦਾ ਸੀਗਾ ਉਹ ਇੱਕ ਗਰੀਬ ਜਿਹਾ ਬੰਦਾ ਸੀਗਾ ਉਹਦੀ ਪਤਨੀ ਜਿਹੜੀ ਸੀ ਬਿਮਾਰ ਸੀਗੀ ਹਿੰਜ ਜਿਹੜਾ ਸੀ ਗਰੀਬ ਬੰਦਾ ਸੀਗਾ ਉਹਦੀ ਪਤਨੀ ਬਿਮਾਰ ਸੀਗੀ ਉਹ ਆਪਣੀ ਪਤਨੀ ਦੇ ਲਈ ਦਵਾਈ ਚਾਹੁੰਦਾ ਸੀਗਾ ਗਰੀਬ ਸੀਗਾ ਥੋੜੇ ਬਹੁਤ ਨੇ ਪੈਸੇ ਇਕੱਠੀ ਕੀਤੇ ਤੇ ਮੈਡੀਕਲ ਸ਼ੋਰ ਤੇ ਚਲੇ ਗਿਆ ਹਨਾ ਹੁਣ ਜਿਵੇਂ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਸਾਡਾ ਅੱਜ ਕੱਲ ਦਾ ਸਮਾਜ ਹੈਗਾ ਇਹਦੇ ਵਿੱਚ ਤਾਂ ਇਮੋਸ਼ਨਸ ਬਹੁਤ ਘੱਟ ਨੇ ਨੈ ਮੋਰੈਲਟੀ ਦੀ ਬੜੀ ਕਮੀ ਹੈਗੀ ਤਾਂ ਪਦਾਰਥਵਾਦ ਦਾ ਯੁੱਗ ਚੱਲੀ ਜਾਂਦਾ ਤੁਹਾਨੂੰ ਪਤਾ ਹੈ ਨਾ ਮੈਟਰਿਸਟਿਕ ਯੁੱਗ ਚੱਲੀ ਜਾਂਦਾ ਹੈਗਾ ਹਣਾ ਇਹਦੇ ਵਿੱਚ ਪਦਾਰਥ ਜਿਆਦਾ ਇੰਪੋਰਟੈਂਟ ਹੈ ਨਾ ਤਾਂ ਉਹੀ ਗੱਲ ਹਿੰਜ ਦੇ ਨਾਲ ਵੀ ਇਹੀ ਘਟਨਾ ਵਾਪਰੀ ਹੈ ਜਦੋਂ ਉਹ ਪੈਸੇ ਇਕੱਠੇ ਕਰਕੇ ਆਪਣੀ ਦਵਾਈ ਪਤਨੀ ਵਾਸਤੇ ਲੈਣ ਗਿਆ ਤਾਂ ਮੈਡੀਕਲ ਸਟੋਰ ਵਾਲਾ ਭਾਈ ਕਹਿੰਦਾ ਵੀ ਭਾਈ ਤੇਰੇ ਕੋਲ ਤਾਂ ਪੈਸੇ ਘੱਟ ਨੇ ਮੈਂ ਤਾਂ ਤੈਨੂੰ ਦੰਦਾ ਨਹੀਂ ਹੈਗਾ ਦਵਾਈ ਇਹ ਪੈਸੇ ਪੂਰੇ ਲੈ ਗਿਆ ਫਿਰ ਮੈਂ ਤੈਨੂੰ ਦਵਾਈ ਦੇਵਾਂਗਾ ਉਹ ਕਹਿੰਦਾ ਭਾਈ ਮੇਰੇ ਕੋਲ ਉੱਥੇ ਉਹ ਦੁਬਦਾ ਜੀ ਆ ਗਿਆ ਦੁਬਦਾ ਜੀ ਕਿਵੇਂ ਆ ਗਿਆ ਜੀ ਉਹਨੂੰ ਪਤਾ ਸੀ ਜੀ ਮੈਂ ਦਵਾਈ ਨਹੀਂ ਲੈ ਕੇ ਗਿਆ ਤਾਂ ਮੇਰੀ ਪਤਨੀ ਕੀ ਹੋ ਜੂਗੀ ਮਰ ਜੂਗੀ ਠੀਕ ਹੈ ਜੀ ਤੇ ਦਵਾਈ ਉਹ ਲੈਣੀ ਵੀ ਹੈ ਤੇ ਦਵਾਈ ਲੈਣ ਦੇ ਲਈ ਇੱਕ ਵੀ ਟੰਗ ਆ ਗਿਆ ਮੇਰੇ ਕੋਲੇ ਕਿ ਮੈਂ ਇਸ ਦਵਾਈ ਨੂੰ ਚੋਰੀ ਕਰ ਲਾਂ ਮਤਲਬ ਉੱਥੇ ਮੈਡੀਕਲ ਸਟੋਰ ਤੋਂ ਮੈਂ ਕੀ ਕਰ ਲਾਂ ਉਹਨੂੰ ਚੋਰੀ ਕਰ ਲਾਂ ਹੁਣ ਉਹਦੇ ਸਾਹਮਣੇ ਦੋ ਸਵਾਲ ਆ ਗਏ ਸੀਗੇ ਉਹ ਦੋ ਸਵਾਲ ਕਿਹੜੇ ਆ ਗਏ ਸੀ ਜੀ ਦੋ ਸਵਾਲ ਇਹ ਆ ਗਏ ਸੀਗੇ ਕਿ ਮੈਂ ਚੋਰੀ ਕਰਾਂ ਹੁਣ ਉਹਨੂੰ ਕਾਨੂੰਨ ਦਾ ਡਰ ਵੀ ਸੀਗਾ ਵੀ ਮੈਂ ਜੇ ਚੋਰੀ ਕਰੂੰਗਾ ਤਾਂ ਮੈਨੂੰ ਪੁਲਿਸ ਫੜ ਲੂਗੀ ਤੇ ਮੇਰੇ ਬਾਦ ਸਮਾਜ ਕੀ ਕਹੂਗਾ ਭਾਈ ਇਹ ਤਾਂ ਚੋਰੀ ਕਰਦਾ ਬੰਦਾ ਹੈ ਹਨਾ ਅੱਛਾ ਜੇ ਮੈਂ ਨਹੀਂ ਲੈ ਕੇ ਗਿਆ ਤਾਂ ਫਿਰ ਸਮਾਜ ਕੀ ਕਹੂਗਾ ਵੀ ਭਈ ਇਹ ਤਾਂ ਬੰਦਾ ਜਿਹੜਾ ਸੀਗਾ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ ਇੱਕ ਦਵਾਈ ਦਾ ਪ੍ਰਬੰਧ ਨਹੀਂ ਕਰ ਸਕਿਆ ਹੈਗਾ ਇਹਨੂੰ ਕਰਨਾ ਚਾਹੀਦਾ ਸੀ ਕਿਸੇ ਵੀ ਤਰੀਕੇ ਨਾਲ ਕਰਨਾ ਚਾਹੀਦਾ ਸੀਗਾ ਤਾਂ ਦੋ ਸਵਾਲ ਆ ਗਏ ਹੁਣ ਇਸ ਆਧਾਰ ਦੇ ਉੱਪਰ ਲਾਰੈਂਸ ਕੋਲਬਰਗ ਨੇ ਇੱਕ ਨਵੇਂ ਕਨਸੈਪਟ ਦਾ ਨਿਰਮਾਣ ਕੀਤਾ ਜਿਹਨੂੰ ਅਸੀਂ ਮੋਰਲ ਡਾਇਲਮਾ ਦਾ ਨਾਮ ਦੇ ਦਿੰਦੇ ਹਾਂ ਹੁਣ ਮੋਰਲ ਡਾਇਲਮਾ ਕੀ ਕਹਿੰਦਾ ਜੀ ਇਹਨੂੰ ਅਸੀਂ ਬੋਲਦੇ ਨੇ ਨੈਤਿਕ ਦੁਵੇਦਾ ਹੁਣ ਅਸੀਂ ਆਖਦੇ ਨੇ ਨੈਤਿਕ ਦੁਬਿਧਾ ਇਹ ਨੈਤਿਕ ਦੁਬਿਧਾ ਕੀ ਹੁੰਦੀ ਹੈ ਬਈ ਲਾਰੈਂਸ ਕੋਲਵਰ ਕੀ ਕਹਿੰਦਾ ਹੈ ਲਾਰੈਂਸ ਕੋਲਵਰ ਕਹਿੰਦਾ ਵੀ ਜਦੋਂ ਸਾਡੇ ਸਾਹਮਣੇ ਦੋ ਜਾਂ ਦੋ ਤੋਂ ਜ਼ਿਆਦਾ ਸਮੱਸਿਆਵਾਂ ਆ ਜਾਂਦੀਆਂ ਨੇਗੀਆਂ ਦੋ ਜਾਂ ਜ਼ਿਆਦਾ ਸਮੱਸਿਆਵਾਂ ਸਾਡੇ ਕੋਲੇ ਆ ਜਾਂਦੀਆਂ ਨੇ ਉਹਨੂੰ ਇਹਨੇ ਕੀ ਨਾਮ ਦਿੱਤਾ ਜੀ ਮੋਰਲ ਡਾਈਲਮਾ ਦਾ ਨਾਮ ਦਿੱਤਾ ਹੁਣ ਦੇਖੋ ਕਿੰਝ ਕੋਲੇ ਦੋ ਸਮੱਸਿਆਵਾਂ ਆ ਗਈਆਂ ਕਿਹੜੀ ਕਿਹੜੀ ਸਮੱਸਿਆਵਾਂ ਆ ਗਈਆਂ ਵੀ ਮੈਂ ਆਪਣੀ ਪਤਨੀ ਨੂੰ ਬਚਾਵਾਂ ਜਾਂ ਮੈਂ ਚੋਰੀ ਕਰਾਂ ਮੈਂ ਆਪਣੀ ਪਤਨੀ ਨੂੰ ਬਚਾਵਾਂ ਜਾਂ ਚੋਰੀ ਕਰਾਂ ਜੇ ਮੈਂ ਆਪਣੀ ਪਤਨੀ ਨੂੰ ਬਚਾਉਣਾ ਹੈ ਤਾਂ ਨੈਚੁਰਲੀ ਗੱਲ ਹੈ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਮੈਨੂੰ ਚੋਰੀ ਕਰਨੀ ਪਊਗੀ। ਕਿ ਜੇ ਮੈਂ ਚੋਰੀ ਕਰਦਾ ਤਾਂ ਮੈਨੂੰ ਪੁਲਿਸ ਫੜ ਕੇ ਲੈ ਜਾਊਗੀ। ਦੋਨੇ ਨੇ ਨੈਗੇਟਿਵ ਗੱਲਾਂ ਨੇ ਕੀ ਆਂਦੀਆਂ ਹਨਾ ਜੇ ਪਤਨੀ ਨੂੰ ਨਹੀਂ ਬਚਾ ਸਕਿਆ ਤਾਂ ਵੀ ਨੈਗੇਟਿਵ ਹੈ ਜੇ ਚੋਰੀ ਕਰ ਲੀ ਤਾਂ ਵੀ ਨੈਕਟਿਵ ਹੀ ਮੈਨਾਂ ਦੋਸ ਸਮੱਸਿਆਵਾਂ ਆ ਗਈਆਂ। ਅੱਛਾ ਹੁਣ ਉਹਨੂੰ ਆਪਣੀ ਇਸ ਨੈਤਿਕ ਦੁਵਿਧਾ ਨੂੰ ਖਤਮ ਕਰਨ ਦੇ ਲਈ ਇੱਕ ਨਿਰਣਾ ਲੈਣਾ ਪੈਣਾ ਸੀਗਾ। ਉਹਨੇ ਇੰਨਾ ਕੀ ਸੀਗਾ ਜੀ ਵੀ ਮੈਂ ਚਲੋ ਉਹਨੇ ਫਿੱਕੀ ਫੈਸਲਾ ਕਰ ਲਿਆ ਵੀ ਮੈਂ ਰਾਤ ਨੂੰ ਜਾ ਕੇ ਚੋਰੀ ਕਰ ਲੈਣਾ। ਆਪਣੀ ਉਹਨੇ ਚੋਰੀ ਕੀਤੀ ਜੀ ਤੇ ਆਪਣੀ ਪਤਨੀ ਨੂੰ हाँ जी हाँ उन्हें की कर ली जी चोरी कर ली जी ठीक है जीत सिंह की हो गया भाई दसो हाँ आ, की की जी हाँ हूँ उन्हें की किया जी ਉਨੇ ਫਿਰ ਚੋਰੀ ਕਰ ਲਈ ਠੀਕ ਹੈ ਉਹਨੇ ਚੋਰੀ ਕਰ ਲਈ ਤੇ ਉਹਦੇ ਨਾਲ ਉਹਦੀ ਪਤਨੀ ਕੀ ਹੋ ਗਈ ਬਚ ਗਈ ਜੀ ਠੀਕ ਹੈ ਹਾਂ ਜੀ ਹੁਣ ਇੱਥੇ ਇੱਕ ਨਵਾਂ ਸਿਨਾਤ ਹੋਰ ਕੱਢਿਆ ਨੇ ਤਾਂ ਕੀ ਕਹਿੰਦਾ ਜੀ ਕਹਿੰਦਾ ਜਦੋਂ ਸਾਡੇ ਸਾਹਮਣੇ ਦੋ ਜਾਂ ਦੋ ਤੋਂ ਜ਼ਿਆਦਾ ਸਮੱਸਿਆਵਾਂ ਆ ਜਾਂਦੀਆਂ ਨੇਗੇ ਤਾਂ ਜਦੋਂ ਅਸੀਂ ਉਹਨਾਂ ਦੇ ਵਿੱਚੋਂ ਇੱਕ ਦੀ ਚੋਣ ਕਰਦੇ ਹੁੰਦੇ ਹੁੰਨੇ ਤਾਂ ਉਹਨੂੰ ਅਸੀਂ ਕੀ ਆਖਦੇ ਨੇ ਉਹਨੂੰ ਅਸੀਂ ਮੋਰਲ ਰੀਜ਼ਨਿੰਗ ਦਾ ਨਾਮ ਆਖਦੇ ਨੇ ਠੀਕ ਹੈ ਜੀ ਉਹਨੂੰ ਅਸੀਂ ਨੈਤਿਕ ਤਰਕ ਦਾ ਨਾਮ ਦੇ ਦਿੰਨੇ ਆ ਤੁਹਾਨੂੰ ਅਸੀਂ ਨੈਤਿਕ ਤਰਕ ਦਾ ਨਾਮ ਦੇ ਦਿੰਨੇ ਹੁੰਦੇ ਜਦੋਂ ਸਾਡੇ ਸਾਹਮਣੇ ਦੋ ਸਮੱਸਿਆਵਾਂ ਆ ਜਾਂਦੀਆਂ ਨੇ ਤੁਹਾਨੂੰ ਅਸੀਂ ਨੈਤਿਕ ਦੁਵਿਧਾ ਦਾ ਨਾਮ ਦਿੰਨੇ ਆ ਤੇ ਜਦੋਂ ਸਾਡੇ ਅਸੀਂ ਉਸ ਦੁਵਿਧਾ ਨੂੰ ਹੱਲ ਕਰ ਲੈਂਦੇ ਆ ਤੁਹਾਨੂੰ ਅਸੀਂ ਨੈਤਿਕ ਤਰਕ ਦਾ ਨਾਮ ਦੇ ਦੇ ਨੇ ਉਹਨੇ ਉਹਨੂੰ ਅਸੀਂ ਨੈਤਿਕ ਮੋਰਲ ਰੀਜ਼ਿੰਗ ਦਾ ਨਾਮ ਦੇ ਦੇ ਨੇ ਠੀਕ ਹੈ ਤਾਂ ਦੋ ਕਨਸੈਪਟ ਐ ਤੇ ਯਾਦ ਰੱਖਿਓ ਜੀ ਵੀ ਮੋਰਲ ਡਾਇਲਮਾ ਕੀ ਹੁੰਦਾ ਜਦੋਂ ਸਾਡੇ ਸਾਹਮਣੇ ਦੋ ਜਾਂ ਦੋ ਤੋਂ ਜ਼ਿਆਦਾ ਸਮੱਸਿਆਵਾਂ ਆ ਜਾਂਦੀਆਂ ਨੇ ਤਾਂ ਉਹਨੂੰ ਅਸੀਂ ਨੈਤਿਕ ਦੁਬਦਾਂ ਦਾ ਨਾਮ ਦੇ ਦੇ ਨੇ ਤੇ ਜਦੋਂ ਸਾਡੇ ਸਾਹਮਣੇ ਅਸੀਂ ਉਹ ਸਮੱਸਿਆ ਨੂੰ ਕੀ ਕਰ ਲੈਣੇ ਹੱਲ ਕਰ ਲੈਣੇ ਤਾਂ ਅਸੀਂ ਨੂੰ ਮੋਰਲ ਰੀਜ਼ਿੰਗ ਦਾ ਨਾਮ ਦੇ ਦੇ ਨੇ ਹੁੰਦੀ ਹੈ ਠੀਕ ਹੈ ਕਲੀਅਰ ਕਰੀ ਗਿਆ ਚਲੋ ਆਪਾਂ ਹੁਣ ਵਧਦੇ ਹਾਂ ਅੱਗੇ ਠੀਕ ਹੈ ਦੇਖੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਲਾਰੈਂਸ ਕੋਹਲ ਵਰਗ ਨੇ ਆਪਣੇ ਇਸ ਸਿਨਾਤ ਦਾ ਨਿਰਮਾਣ ਕਰਨ ਦੇ ਲਈ 11 ਸਟੋਰੀਆਂ ਦਾ ਨਿਰਮਾਣ ਕੀਤਾ ਸੀਗਾ 11 ਸਟੋਰੀਆਂ ਦੇ ਆਧਾਰ ਦੇ ਉੱਪਰ ਉਹਨੇ ਫਿਰ ਕੀ ਕੀਤਾ ਬਾਅਦ ਵਿੱਚ ਉਹਨੇ ਫਿਰ ਇਹਦੇ ਤਿੰਨ ਲੈਵਲ ਬਣਾਏ ਤਿੰਨ ਲੈਵਲ ਬਣਾਏ ਠੀਕ ਹੈ ਤਿੰਨ ਲੈਵਲ ਬਣਾਉਂਦਾ ਉਹ ਅਲੱਗ-ਅਲੱਗ ਉਮਰ ਵਰਗ ਦੇ ਬੱਚਿਆਂ ਨੂੰ ਉਹ ਪੁੱਛਦਾ ਸਵਾਲ ਕਿ ਅਲੱਗ-ਅਲੱਗ ਉਮਰ ਵਰਗ ਦੇ ਉਹ ਬੱਚਿਆਂ ਨੂੰ ਸਵਾਲ ਪੁੱਛਦਾ ਹੈਗਾ ਉਹ ਕਹਿੰਦਾ ਵੀ ਭਾਈ ਮੈਨੂੰ ਐ ਦੱਸੋ ਵੀ ਤੈਨੂੰ ਕੀ ਲੱਗਦਾ ਸੀਗਾ ਵੀ ਹਿੰਜ ਨੂੰ ਚੋਰੀ ਕਰਨੀ ਚਾਹੀਦੀ ਸੀ ਕਿ ਨਹੀਂ ਕਰਨੀ ਚਾਹੀਦੀ ਸੀ ਹੁਣ 4 ਸਾਲ ਦਾ ਬੱਚਾ ਕਹਿੰਦਾ ਜੀ ਉਹ ਕਹਿੰਦਾ ਮੈਨੂੰ ਕੀ ਲੈਣਾ ਯਾਰ ਇਹਨਾਂ ਕਿੰਨਾਂ ਗੱਲਾਂ ਤੋਂ ਮੈਨੂੰ ਕੀ ਮਤਲਬ ਨਹੀਂ ਹੈਗਾ ਮੈਂ ਤਾਂ ਕੋਈ ਚੀਜ਼ੀ ਦੇ ਦੇ ਖਾਨੂੰ ਮੈਂ ਤਾਂ ਬਸ ਮਤਲਬ ਬਹੁਤ ਐਨਾ ਇਹਦਾ ਮਤਲਬ ਉਹ ਕਹਿੰਦਾ ਵੀ ਭਾਈ 4 ਸਾਲ ਤੋਂ ਘੱਟ ਬੱਚਿਆਂ ਦੇ ਵਿੱਚ ਮੋਰੈਲਟੀ ਹੁੰਦੀ ਨਹੀਂ ਹੈਗੀ ਹੈਨਾ 4 ਸਾਲ ਤੋਂ ਉੱਪਰ ਨੂੰ ਪੁੱਛਿਆ ਉਹਨੇ ਕੁਝ ਹੋਰ ਜਵਾਬ ਦਿੱਤਾ 4 ਸਾਲ ਤੋਂ 7 ਸਾਲਾਂ ਨੂੰ ਪੁੱਛਿਆ ਉਹਨੇ ਕੁਝ ਹੋਰ ਜਵਾਬ ਦਿੱਤਾ ਠੀਕ ਹੈ ਜੀ ਉਨੇ ਫਿਰ ਅੱਗੇ 10 ਤੋਂ ਲੈ ਕੇ 13 ਸਾਲ ਦੇ ਬੱਚਿਆਂ ਨੂੰ ਪੁੱਛਿਆ ਤਾਂ ਉਹਨੇ ਹੋਰ ਜਵਾਬ ਦਿੱਤਾ 13 ਸਾਲ ਤੋਂ ਲੈ ਕੇ ਉੱਪਰਲੇ 18 ਸਾਲ ਨੇ ਪੁੱਛਿਆ ਜੀ ਤਾਂ ਉਹਨੂੰ ਹੋਰ ਜਵਾਬ ਦਿੱਤਾ 18 ਸਾਲ ਤੋਂ ਉੱਪਰ ਵਾਲੇ ਹੋਰ ਥੋੜਾ ਜਵਾਬ ਦਿੱਤਾ 22-30 ਸਾਲਾਂ ਨੇ ਜਿਹੜੇ ਮੈਚੂਰ ਬੰਦੇ ਸੀ ਉਹਨਾਂ ਨੇ ਹੋਰ ਤਰੀਕੇ ਨਾਲ ਜਵਾਬ ਦਿੱਤਾ ਇਹਦਾ ਮਤਲਬ ਕੀ ਸੀਗਾ ਵੀ ਉਹਨੇ ਆਪਣੀਆਂ ਇਹਨਾਂ ਸਟੋਰੀਆਂ ਦੇ ਆਧਾਰ ਦੇ ਉੱਪਰ ਕੀ ਕੀਤਾ ਆਪਣੇ ਸਿਧਾਂਤ ਦਾ ਜਿਹੜਾ ਸੀ ਉਹ ਨਿਰਮਾਣ ਕੀਤਾ ਜੀ ਠੀਕ ਹੈ ਜੀ ਤਾਂ ਉਹਨੇ ਕਿੰਨੇ ਲੈਵਲ ਬਣਾਏ ਇਹਦੇ ਵਿੱਚ ਤਿੰਨ ਲੈਵਲ ਬਣਾਏ ਅੱਗੇ ਇਹ ਤਿੰਨ ਲੈਵਲ ਨੂੰ ਉਹਨੇ ਅੱਗੇ ਦੋ-ਦੋ ਟੇਜ ਦੇ ਵਿੱਚ ਵੰਡਿਆ ਸੀਗਾ ਤਾਂ ਟੋ ਤਾਂ ਕਿਹੜੀ ਕਿਹੜੀ ਲੈਵਲ ਆਪਾਂ ਗੱਲ ਕਰ ਲੈਣੀ ਸਭ ਤੋਂ ਪਹਿਲਾਂ ਹੈ ਜੀ ਪ੍ਰੀ ਕਨਵੈਨਸ਼ਨਲ ਲੈਵਲ ਜਿਹਨੂੰ ਅਸੀਂ ਕਹਿੰਦੇ ਨੇ ਪੂਰ ਪਰੰਪਰਾਗਤ ਪੂਰ ਪਰੰਪਰਾਗਤ ਤੇ ਦੂਸਰਾ ਹੈਗਾ ਜੀ ਕਨਵੈਨਸ਼ਨਲ ਜਿਹਨੂੰ ਅਸੀਂ ਆਖਦੇ ਹਾਂ ਜੀ ਪਰੰਪਰਾਗਤ ਠੀਕ ਹੈ ਇਹ 18 ਤੋਂ ਲੈ ਕੇ 16 ਸੌਰੀ 11 ਤੋਂ ਲੈ ਕੇ 18 ਸਾਲ ਤੱਕ ਹੈ ਤੇ ਤੀਸਰਾ ਜਿਹੜਾ ਇਹਦਾ ਲੈਵਲ ਸੀਗਾ ਉਹ ਸੀ ਜੀ ਪੋਸਟ ਕਨਵੈਨਸ਼ਨਲ ਲੈਵਲ ਜਿਹੜਾ 19 ਸਾਲ ਤੋਂ ਪਲੱਸ ਆ ਜਾਂਦਾ ਜਾਂ ਫਿਰ ਇੱਕ ਮੈਜੋਰਿਟੀ ਦੇ ਵਿੱਚ ਆ ਜਾਂਦਾ ਉਹਨਾਂ ਲਈ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਡਿਟੇਲ ਦੇ ਵਿੱਚ ਚਲੋ ਦੇਖੋ ਬਈ ਜਿਹੜਾ ਪ੍ਰੀ ਕਨਵੈਨਸ਼ਨ ਲੈਵਲ ਹੈ 4 ਇਹ ਕਹਿੰਦਾ ਵੀ ਤੁਹਾਡਾ ਲਾਰਸ ਕੋਲਵਰ ਕਹਿੰਦਾ ਹੈਗਾ ਕਹਿੰਦਾ ਵੀ ਇਸ ਉਮਰ ਦੇ ਵਿੱਚ ਜਿਹੜੀ ਬੱਚੇ ਦੇ ਅੰਦਰ ਨੈਤਿਕਤਾ ਪਾਈ ਜਾਂਦੀ ਹੈ ਇਸ ਉਮਰ ਦੇ ਵਿੱਚ ਬੱਚੇ ਦੀ ਨੈਤਿਕਤਾ ਦਾ ਜਿਹੜਾ ਆਧਾਰ ਹੁੰਦਾ ਹੈ ਉਹ ਉਹਦਾ ਪਰਿਵਾਰ ਹੁੰਦਾ ਹੈ ਪਹਿਲੀ ਪਹਿਲੇ ਲੈਵਲ ਦੇ ਵਿੱਚ ਬੱਚੇ ਦੀ ਨੈਤਿਕਤਾ ਦਾ ਆਧਾਰ ਉਹਦਾ ਪਰਿਵਾਰ ਹੁੰਦਾ ਉਹਦੇ ਮਾਤਾ ਪਿਤਾ ਹੁੰਦੇ ਨੇ ਉਹਦਾ ਆਲਾ ਦਵਾਲਾ ਹੁੰਦਾ ਛੋਟਾ ਲੈਵਲ ਹੁੰਦਾ ਉਹਦਾ ਮਤਲਬ ਬੱਚਾ ਆਪਣੇ ਪਰਿਵਾਰ ਨੂੰ ਵੇਖ ਕੇ ਆਪਣੀ ਨੈਤਿਕਤਾ ਦਾ ਪੋਜੀਸ਼ਨ ਕਰਦਾ ਅਸੀਂ ਕਹਿੰਦੇ ਨਹੀਂ ਬੱਚਾ ਗਾਲਾਂ ਕੱਢਦਾ ਜੀ ਛੋਟਾ ਬੱਚਾ ਗਾਲਾਂ ਕੱਢਦਾ 10 ਸਾਲ ਦਾ ਬੱਚਾ ਗਾਲਾਂ ਕੱਢਦਾ ਕਿਉਂ ਕੱਢਦਾ ਵੀ ਗਾਲਾਂ ਉਹ ਕਿਉਂਕਿ ਉਹ ਪਰਿਵਾਰ ਤੋਂ ਸਿੱਖਦਾ ਹੈ ਉਹ ਪਰਿਵਾਰ ਤੋਂ ਆਪਣੇ ਸਿੱਖਦਾ ਹੈ ਜਿਹੜੀਆਂ ਗੱਲਾਂ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਤੋਂ ਸਿੱਖੂਗਾ ਤਾਂ ਉਹ ਅਨੁਕਰਨ ਕਰਦਾ ਐਕਚੁਅਲੀ ਗਾਲਾਂ ਅਨੁਕਰਨ ਕਰੂਗਾ ਤੇ ਉਹ ਕੀ ਕਰੂਗਾ ਇੰਪਲੀਮੈਂਟ ਵੀ ਕਰੂਗਾ ਉਸ ਗੱਲ ਨੂੰ ਹਨਾ ਜੀ ਕਨਵੈਨਸ਼ਨ ਲੈਵਲ ਦੇ ਵਿੱਚ ਕੀ ਹੁੰਦਾ ਕਨਵੈਨਸ਼ਨ ਲੈਵਲ ਦੇ ਵਿੱਚ ਬੱਚੇ ਦਾ ਦਾਇਰਾ ਥੋੜਾ ਜਿਹਾ ਹੋਏ ਨਾ ਵਿਸ਼ਾਲ ਤਾਂ ਉਸ ਵਿਸ਼ਾਲ ਦਾਇਰੇ ਦੇ ਵਿੱਚ ਬੱਚਾ ਇੱਕ ਵਿਸ਼ਾਲ ਸਮਾਜ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਸਕੂਲ ਚ ਲਿਆ ਜਾਂਦਾ ਹੈ ਟੀਚਰ ਦੇ ਸੰਪਰਕ ਵਿੱਚ ਆ ਜਾਂਦਾ ਹੈ ਪੀਅਰ ਗਰੁੱ ਉਹ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਆਪਣੇ ਸਮਾਜ ਦੇ ਅਨੁਸਾਰ ਕਰਦਾ ਹੁੰਦਾ ਹੈ ਠੀਕ ਹੈ ਜੀ ਉਹ ਸਮਾਜ ਨੂੰ ਦਿਖਾਉਣ ਲਈ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੁੰਦਾ ਹੈ ਜਿਹੜਾ ਤੀਸਰਾ ਲੈਵਲ ਆ ਜਾਂਦਾ ਜਿਹਨੂੰ ਅਸੀਂ ਬੋਲਦੇ ਹਾਂ ਜੀ ਉੱਤਰ ਪਰੰਪਰਾਗਤ ਜਿਹਨੂੰ ਪੋਸਟ ਕਨਵੈਨਸ਼ਨ ਸਟੇਜ ਅਸੀਂ ਆਖ ਦਿੰਦੇ ਆ ਤਾਂ ਇਸ ਲੈਵਲ ਦੇ ਵਿੱਚ ਆ ਕੇ ਜਿਹੜਾ ਬੱਚਾ ਹੁੰਦਾ ਹੈਗਾ ਉਹ ਆਪਣੀ ਨੈਤਿਕਤਾ ਦਾ ਜਿਹੜਾ ਪ੍ਰਦਰਸ਼ਨ ਕਰਦਾ ਹੁੰਦਾ ਹੈ ਉਹ ਇੰਡੀਪੈਂਡੈਂਟ ਕਰਦਾ ਹੈ ਮਤਲਬ ਆਪਣੀ ਆਜ਼ਾਦ ਸੋਚ ਦੇ ਨਾਲ ਕਰਦਾ ਹੈ ਜਿਹੜਾ ਕੁਝ ਉਹ ਸਮਾਜ ਦੇ ਵਿੱਚੋਂ ਸਿੱਖ ਚੁੱਕਿਆ ਹੈਗਾ ਆਪਣੇ ਤਜਰਬੇ ਲੈ ਚੁੱਕਿਆ ਹੈਗਾ ਉਸ ਆਧਾਰ 'ਤੇ ਕੀ ਕਰਦਾ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਉਹ ਕਰ ਅਜਾ ਤੰਤਰ ਸੋਚਣਾ ਕਰਦਾ ਹੁੰਦਾ ਉਹ ਰੇ ਆ ਕੇ ਸਮਾਜ ਦੇ ਅਪੋਰਟਿੰਗ ਕਰਦਾ ਤੇ ਇੱਥੇ ਆਪਣੇ ਪਰਿਵਾਰ ਦੇ ਇਨਫਲੂਐਂਸ ਵਿੱਚ ਆ ਕੇ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਜਿਦਾ ਬੱਚਾ ਕਰਦਾ ਹੁੰਦਾ ਠੀਕ ਹੈ ਚਲੋ ਅੱਗੇ ਵਧਦੇ ਆਪਾਂ ਦੇਖਦੇ ਆ ਪਹਿਲੇ ਲੈਵਲ ਪਹਿਲੇ ਲੈਵਲ ਦੇਖਦੇ ਆ ਤਾਂ ਆਪਾਂ ਪਹਿਲੇ ਲੈਵਲ ਦੇ ਵਿੱਚ ਗੱਲ ਕਰ ਚੁੱਕੇ ਆਂ ਵੀ ਜਿਹੜਾ ਬੱਚਾ ਹੈਗਾ ਉਹ ਆਪਣੇ ਪਰਿਵਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੁੰਦਾ ਅਸੀਂ ਕਹਿੰਦੇ ਆ ਬੱਚਾ ਗਲਤ ਬੋਲਦਾ ਹੈ ਬੱਚਾ ਲੜਦਾ ਹੈ ਬੱਚਾ ਗਾਲਾਂ ਕੱਢਦਾ ਹੈ ਬੱਚਾ ਇਸ ਪ੍ਰਕਾਰ ਦੀ ਸ਼ਰਾਰਤਾਂ ਕਰਦਾ ਹੈ ਉਹ ਕਿਉਂ ਕਰਦਾ ਬਈ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਇਨਫਲੂਐਂਸ ਹੁੰਦਾ ਹੈਗਾ ਮਨੇ ਪਰਿਵਾਰ ਨੂੰ ਦੇਖ ਕੇ ਉਹਨਾਂ ਗੱਲਾਂ ਨੂੰ ਕਰਦਾ ਹੁੰਦਾ ਠੀਕ ਹੈ ਜੀ ਤੁਸੀਂ ਕਿਸੇ ਅ ਇਸ ਤਰ੍ਹਾਂ ਦੇ ਏਰੀਆ 'ਚ ਚਲੇ ਜਾਓ ਜਿੱਥੇ ਲੋਕ ਘੱਟ ਪੜੇ ਲਿਖੇ ਹੋਣਗੇ ਠੀਕ ਹੈ ਉਹ ਗੈਰ ਕਾਨੂੰਨੀ ਧੰਦੇ ਕਰਦੇ ਹੋਣਗੇ ਠੀਕ ਹੈ ਜੀ ਦਾਰੂ ਪਿੰਦੇ ਹੋਣਗੇ ਕੁੱਟਮਾਰ ਕਰਦੇ ਹੋਣਗੇ ਤੁਸੀਂ ਦੇਖੋ ਵੀ ਉਹਨਾਂ ਦੇ ਬੱਚੇ ਵੀ ਉਸ ਪ੍ਰਕਾਰ ਦੇ ਹੋਣਗੇ ਕਿਉਂ ਹੋਣਗੇ ਵੀ ਕਿਉਂਕਿ ਬੱਚੇ ਜਿਹੜੀ ਚੀਜ਼ਾਂ ਉਹਨੂੰ ਦੇਖਣਗੇ ਉੱਚੀ ਨੂੰ ਸਿੱਖਣਗੇ ਨਾ ਕਿਉਂਕਿ ਅਸੀਂ ਕੀ ਕਰਦੇ ਆ ਬਈ ਸੋਸ਼ਲ ਲਰਨਿੰਗ ਥਿਊਰੀ ਦੇ ਵਿੱਚ ਕੀ ਆਉਂ ਸੋਸ਼ਲ ਅਨਿਥੀਰੀ ਚ ਬੈਂਡੂਰਾ ਇਹੀ ਕਹਿੰਦਾ ਹੈ ਨਾ ਵੀ ਬੱਚੇ ਦੇਖ ਕੇ ਸਿੱਖਦੇ ਨੇ ਤੁਹਾਨੂੰ ਜਿਹੜਾ ਕੁਝ ਬੱਚੇ ਦੇਖਣਗੇ ਉਸ ਚੀਜ਼ ਨੂੰ ਸਿੱਖਣਗੇ ਬੱਚੇ ਦੇਖਦੇ ਨੇ ਮੇਰਾ ਫਾਦਰ दारू ਪੀ ਰਿਹਾ ਹੈ ਤਾਂ ਮੈਂ ਕੀ ਪੀਊਂਗਾ ਮੈਂ ਕੋਈ ਅੰਮ੍ਰਿਤਰੀ ਪੀਊਂਗਾ ਫਿਰ ਮੈਂ ਵੀ दारू ਪੀਊਂਗਾ ਨਾ ਮੈਨੂੰ ਪਤਾ ਹੈ ਵੀ ਮੇਰਾ ਫਾਦਰ ਮੇਰੀ ਮਾਤਾ ਨੂੰ दारू ਪੀ ਕੇ ਘੁੱਟ ਰਿਹਾ ਹੈ ਤਾਂ ਮੈਂ ਕੀ ਕਰੂੰਗਾ ਫਿਰ ਮੈਂ ਵੀ ਘੁੱਟੂੰਗਾ ਜੀ ਹੈ ਨਾ ਜੀ ਕਿਉਂਕਿ ਮੈਂ ਦੇਖ ਕੇ ਉਹ ਚੀਜ਼ ਨੂੰ ਸਿੱਖ ਰਿਹਾ ਹੈਗਾ ਮੈਂ ਦੇਖ ਕੇ ਉਹ ਚੀਜ਼ ਦਾ ਕੀ ਕਰ ਰਿਹਾ ਹੈ ਅਨੁਕਰਣ ਕਰ ਰਿਹਾ ਹੈ ਤਾਂ ਪਹਿਲੇ ਲੈਵਲ ਦੇ ਵਿੱਚ ਬੱਚਾ ਆਪਣੇ ਪਰਿਵਾਰ ਦੇ ਇਨਫਲੂਐਂਸ ਦੇ ਵਿੱਚ ਬੋਛੇ ਜੇ ਇਹਦੀ ਕਿਹੜੀ ਕਿਹੜੀ ਸੀ ਫਸਟ ਜਿਹੜੀ ਹੈਗੀ ਇਹਦੀ ਦੇਖੋ ਜੀ ਇਹ ਇਹ ਕਿ ਜੀ ਓਬਿਡੀਅੰਸ ਐਂਡ ਪਿਨਿਸ਼ਮੈਂਟ ਸਿੱਧੇ ਸਿੱਧੇ ਕੁਸਚਨ ਇਹਦੇ ਵਿੱਚ ਪੁੱਛੇ ਗਏ ਨੇ ਬਈ ਸਿੱਧੇ ਸਿੱਧੇ ਕੁਸਚਨ ਓਬਿਡੀਅੰਸ ਐਂਡ ਪਿਨਿਸ਼ਮੈਂਟ ਜਾਂ ਫਿਰ ਇਹਨੂੰ ਰਿਵਾਰਡ ਔਰਿਐਂਟੇਸ਼ਨ ਬੋਲਦੇ ਆ ਜਿਹੜੀ 4 ਤੋਂ ਲੈ ਕੇ 7 ਸਾਲ ਦੀ ਹੁੰਦੀ ਹੈ ਜਦੋਂ ਅਸੀਂ ਲੈਵਲ 1 ਹੀ ਕਰਦੇ ਆ ਤਾਂ ਲੈਵਲ 1 ਜਿਹੜਾ ਇਹ 4 ਤੋਂ ਲੈ ਕੇ 10 ਸਾਲ ਦਾ ਹੁੰਦਾ ਹੈਗਾ ਠੀਕ ਹੈ ਨਾ ਪਿਆਜੇ ਨਾਲ ਕਾਫੀ ਇਨਫਲੂਐਂਸ ਹੈਗਾ ਜਦੋਂ ਆਪਾਂ ਪਿਆਜੇ ਦੇ ਇਸ ਨੈਤਿਕ ਵਿਕਾਸ ਦੇ સિਧਾਂਤ ਨੂੰ ਕੀਤਾ ਤਾਂ ਆਪਾਂ ਦੇਖਾਂਗੇ ਰਿਵਾਰਡ ਔਰੈਂਟੇਸ਼ਨ 4 ਤੋਂ ਲੈ ਕੇ 7 ਸਾਲ ਦੀ ਜਿਹੜੀ ਇਹ ਅਵਸਥਾ ਆ ਜਾਂਦੀ ਹੈ ਇਹਦੇ ਠੀਕ ਹੈ ਜੀ ਚਲੋ ਤਾਂ ਦੇਖੋ ਉਹਨਾਂ ਦੇ ਵਿੱਚ ਬੱਚਾ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਿਵੇਂ ਕਰਦਾ ਹੈ ਬੱਚਾ ਜਾਤਾ ਆਬਿਡੈਂਸ ਆਗਿਆਕਾਰੀ ਹੁੰਦਾ ਹੈ ਆਪਣੀ ਨੈਤਿਕਤਾ ਦਾ ਮਤਲਬ ਉਹਦੇ ਪਰਿਵਾਰ ਦੇ ਵਿੱਚ ਉਹਨੂੰ ਸਿਖਾਇਆ ਜਾਂਦਾ ਹਾਂ ਭਾਈ ਬੱਚੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਮਸਤੇ ਬੁਲਾਉਣੀ ਹੈ ਸਾਸਿਕਾਲ ਬੁਲਾਉਣੀ ਹੈ ਉਹਨਾਂ ਦੇ ਪੈਰੀ ਹੱਥ ਲਾਉਣੇ ਨੇ ਦਾਦਾ ਦਾਦੀ ਦੇ ਪੈਰੀ ਹੱਥ ਲਾਉਣੇ ਨੇ ਮਤਲਬ ਸਿਖਾਇਆ ਜਾਂਦਾ ਸ਼ੁਰੂਤੀ ਸੰਸਕਾਰ ਇਸ ਪ੍ਰਕਾਰ ਦੇ ਮਿਲਦੇ ਰਹਿੰਦੇ ਜਾਂ ਫਿਰ ਬੱਚਾ ਆਪਣੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੁੰਦਾ ਪੁਨਿਸ਼ਮੈਂਟ ਦੇ ਆਧਾਰ ਤੇ ਇਹ ਜਦੋਂ ਨਮਸਤੇ ਨਹੀਂ ਬੁਲਾਏਗਾ ਤੈਨੂੰ ਆਮਿਲ ਹੋਗੀ ਹਨਾ ਦੇਖੋ ਲੜੀਆਂ ਦੇ ਮਾਤਾ ਪਿਤਾ ਹਨ ਇਸ ਤਰੀਕੇ ਨਾਲ ਜਾਂ ਫਿਰ ਉਹਨਾਂ ਰਿਵਾਰਡ ਰਿਵਾਰਡ ਮਤਲਬ ਉਹਨੂੰ ਪੁਰਸਕਾਰ ਹਨਾ ਬੱਚੇ ਵੇਰੇ ਉੱਠਿਆ ਕਰੋ ਤੁਹਾਨੂੰ ਚਾਕਲੇਟ ਮਿਲੂਗੀ ਚੈਰ ਤੇ ਜਾਇਆ ਕਰੋ ਤੁਹਾਨੂੰ ਆ ਚੀਜ਼ ਮਿਲੂਗੀ ਠੀਕ ਹੈ ਨੇ ਤੁਸੀਂ ਵਧੀਆ ਕੰਮ ਕਰੋ ਫਸਟ ਆਓ ਕਲਾਸ ਦੇ ਵਿੱਚ ਤੁਹਾਨੂੰ ਆ ਚੀਜ਼ ਮਿਲੂਗੀ ਹਨਾ ਇਹਦਾ ਮਤਲਬ ਬੱਚਾ ਜਾਂ ਤਾਂ ਆਪਣੇ ਡਰ ਵਜੋਂ ਠੀਕ ਹੈ ਜਾਂ ਪੁਲਿਸ਼ਮੈਂਟ ਮਤਲਬ ਪੁਲਿਸ਼ਮੈਂਟ ਦੇ ਵਜੋਂ ਜਾਂ ਫਿਰ ਉਹ ਰਿਵਾਰਡ ਦੇ ਵਜੋਂ ਇਨਾਮ ਦੀ ਪ੍ਰਾਪਤੀ ਲਈ ਜਾਂ ਫਿਰ ਬੱਚਾ ਆਬਿਡੈਂਸ ਹੁੰਦਾਗਾ ਫਿਰ ਆਪਣੀ ਨੈਤਿਕਤਾ ਦਾ ਕੀ ਕਰਦਾ ਹੁੰਦਾ ਪ੍ਰਦਰਸ਼ਨ ਸਟੇ ਦੇ ਵਿੱਚ ਠੀਕ ਹੈ ਜੀ ਤੇ ਲੈਵਲ 1 ਦੀ ਪਹਿਲੀ ਸਟੇਜ ਆ ਗਈ ਜੀ ਆਬਿਡੈਂਸ ਐਂਡ ਪੁਨਿਸ਼ਮੈਂਟ ਰਿਵਾਰਡ ਔਰ ਔਰ ਰਿਵਾਰਡ ਔਰ ориੈਂਟੇਸ਼ਨ ਜਿਹਨੂੰ ਅਸੀਂ 4 ਤੋਂ ਲੈ ਕੇ 7 ਸਾਲ ਦੇ ਵਿੱਚ ਮੰਨਦੇ ਹਾਂ ਠੀਕ ਹੈ ਅੱਗੇ ਵਧਦੇ ਹਾਂ ਆ ਗਈ ਸਾਡੀ ਸਟੇਜ 2 ਜੀ ਠੀਕ ਹੈ ਸਟੇਜ 2 ਦੇ ਵਿੱਚ ਅੱਛਾ ਕੀ ਕਹਿੰਦਾ ਜੀ ਇਨਸਟਰੂਮੈਂਟਲ ориੈਂਟੇਸ਼ਨ ਇਨਸਟਰੂਮੈਂਟਲ ориੈਂਟੇਸ਼ਨ ਵਿੱਚ ਇੰਡੀਵਿਜੂਅਲ ਐਂਡ ਐਕਸਚੇਂਜ ਦੀ ਭਾਵਨਾ ਵੀ ਆਖ ਦਿੰਦੇ ਆ ਇਹ ਹੁੰਦੀ ਹੈ ਤੁਹਾਡੀ 8 ਤੋਂ ਲੈ ਕੇ 10 ਸਾਲ ਦੀ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਬੱਚਾ ਆਦਾਨ-ਪ੍ਰਦਾਨ ਦੀ ਅਵਸਥਾ ਇਹਨੂੰ ਅਸੀਂ ਆ ਕਿ ਬੱਚਾ ਇਸ ਦੇ ਵਿੱਚ ਦੂਸਰੇ ਦੀ ਭਾਵਨਾਵਾਂ ਨੂੰ ਵੀ ਸਮਝਣ ਲੱਗ ਜਾਂਦਾ ਹੈ ਪਰ ਉਹ ਬੱਚਾ ਉਸ ਲੈਵਲ ਦਾ ਕੀ ਆਪਣੀ ਦੂਸਰੀ ਭਾਵਨਾ ਨੂੰ ਸਮਝਦਾ ਹੈਗਾ ਜਦੋਂ ਤੱਕ ਉਹਨੂੰ ਆਪਣਾ ਮਤਲਬ ਹੁੰਦਾ ਹੈਗਾ ਮਤਲਬ ਮੀਨਸ ਵੀ ਦੇਖੋ ਇਹਦੇ ਵਿੱਚ ਨਾ ਈਗੋਸੈਂਟਰਿਜ਼ਮ ਦੀ ਭਾਵਨਾ ਜ਼ਿਆਦਾ ਪਾਈ ਜਾਂਦੀ ਹੈ ਮਤਲਬ ਬੱਚਾ ਇਹਦੇ ਵਿੱਚ ਸਵੈ ਕੇਂਦਰੀ ਤਾਂ ਹੁੰਦਾ ਹੈ ਉਹਦੇ ਵਿੱਚ ਅਹਿਮ ਦੀ ਜਿਹੜੀ ਹੈ ਅ ਅਹਿਮ ਦਾ ਜਿਹੜਾ ਪ੍ਰਭਾਵ ਹੁੰਦਾ ਜ਼ਿਆਦਾ ਹੁੰਦਾ ਇਹਦੇ ਵਿੱਚ ਠੀਕ ਹੈ ਆਦਾਨ ਪ੍ਰਦਾਨ ਇਸ ਕਰਕੇ ਸਿਆਗਦੇ ਨੇ ਆਦਾਨ ਪ੍ਰਦਾਨ ਠੀਕ ਹੈ ਜੀ ਇੰਡੀਵਿਜੁਅਲਿਜ਼ਮ ਐਂਡ ਐਕਸਚੇਂਜ ਠੀਕ ਹੈ ਐਕਸਚੇਂਜ ਦੀ ਭਾਵਨਾ ਹੀ ਪਾਈ ਜਾਂਦੀ ਹੈ ਤੇ ਇੱਕ ਉਹਦੇ ਅੰਦਰ ਸਵੈ ਕੇਂਦਰਤਾਈ ਪਾਈ ਜਾਂਦੀ ਹੈ ਮਤਲਬ ਆਪਣੇ ਤੱਕ ਸੀਮਿਤ ਹੁੰਦਾ ਹੈ ਆਪਣਾ ਉਹਨੂੰ ਮਤਲਬ ਹੁੰਦਾ ਸਿਰਫ ਹੈ ਨਾ ਪਰ ਮਤਲਬ ਥੋੜਾ ਜਿਆ ਉਹਦਾ ਇਸ ਲੈਵਲ ਤੋਂ ਉੱਪਰ ਚ ਲੈ ਜਾਂਦਾ ਹੈ ਵੀ ਮੈਨੂੰ ਜੇ ਕੋਈ ਚੀਜ਼ ਦੇਊਗਾ ਤਾਂ ਮੈਂ ਉਹਨੂੰ ਤਾਂ ਉਹ ਚੀਜ਼ ਦੇਊਗਾ ਨਾ ਹੁਣ ਬੱਚਾ ਦੇਖੋ ਇਹਨੂੰ ਦੇ ਰਿਹਾ ਹੈ ਚੀਜ਼ ਕੋਈ ਖਾਣ ਵਾਸਤੇ ਦੇ ਰਿਹਾ ਹੈ ਹੁਣ ਜੇ ਉਹ ਉਹਨੂੰ ਖਾਣ ਵਾਸਤੇ ਦੇ ਰਿਹਾ ਹੈ ਤਾਂ ਮਤਲਬ ਉਹਨੇ ਪਹਿਲਾਂ ਉਸ ਨੂੰ ਲਿਆ ਹੋਊਗਾ ਪਹਿਲਾਂ ਮਤਲਬ ਆਹ ਦੇਖੋ ਕੋਲ ਡਰਿੰਕ ਦੀ ਬੋਤਲ ਪਈ ਹੈ ਠੀਕ ਹੈ ਤਾਂ ਉਹਨੇ ਆਪਣੀ ਸਿਸਟਰ ਤੋਂ ਪਹਿਲਾਂ ਮੰਗ ਕੀਤੀ ਉਹ ਪਹਿਲਾਂ ਤੂੰ ਮੈਨੂੰ ਕੋਲ ਡਰਿੰਕ ਦੀ ਬੋਤਲ ਦੇ ਫਿਰ ਮੈਂ ਤੈਨੂੰ ਉਹ 버ਗਰ ਖਾਣ ਦੀ ਇੱਕ ਬਾਈਟ ਦੇਉਂਗਾ ਮੈਂ ਹਣਾ ਤੂੰ ਮੈਨੂੰ ਆਪਣੀ ਪੈਨਸਲ ਦੇ ਫਿਰ ਮੈਂ ਤੈਨੂੰ ਰਬੜ ਦੇਉਂਗਾ ਸਰ ਜੀ ਇਹਨੇ ਮੇਰੇ ਚੁੰਡੀ ਵੱਟ ਲਈ ਜੀ ਹਣਾ ਕਿਉਂ ਵੱਟਲੀ ਚੁੰਡੀ ਬਈ ਸਰ ਜੀ ਇਹਨੇ ਮੇਰੇ ਪਹਿਲਾਂ ਵੱਡੀ ਸੀ ਜੀ ਸਰ ਜੀ ਮੇਰੀ ਰਬੜ ਨਹੀਂ ਦਿੰਦਾ ਜੀ ਸਰ ਜੀ ਇਹਨੇ ਮੇਰੇ ਪਹਿਲਾਂ ਜੀਓਮੈਟਰੀ ਲੈ ਗਿਆ ਸੀ ਮੇਰੀ ਇਹ ਹਣਾ ਤੂੰ ਮੈਨੂੰ ਰੋਟੀ ਖਵਾ ਮੈਂ ਤੈਨੂੰ ਚਾਰ ਦਾ ਇੱਕ ਟੁਕੜਾ ਦੇਉਂਗਾ ਬੁਰਕੀ ਦੇਉਂਗਾ ਨਾ ਬਤਲ ਅੱਛੇ ਛੋਟੇ ਬੱਚੇ ਆਪਾਂ ਕਰਦੇ ਹੁੰਦੇ ਨੇ ਨਾ ਸਰ ਜੀ ਮੇ ਉਹ ਇਹਦੀ ਰੋਟੀ ਖਾ ਗਿਆ ਜੀ ਸਰ ਜੀ ਇਹ ਮੇਰੇ ਕੱਲ ਰੋਟੀ ਖਾ ਗਿਆ ਸੀ ਤਾਂ ਅੱਜ ਮੇਰੀ ਰੋਟੀ ਖਾ ਗਿਆ ਜੀ ਹਨਾ ਸਰ ਜੀ ਮੇਰੀ ਆ ਚੀਜ਼ ਲੈ ਗਿਆ ਜੀ ਇਹ ਤੂੰ ਕਿਉਂ ਲੈ ਗਿਆ ਇਹਦੀ ਚੀਜ਼ ਹਨਾ ਸਰ ਜੀ ਇਹ ਮੇਰੀ ਚੀਜ਼ ਵੀ ਲੈ ਗਿਆ ਸੀ ਇਹਦਾ ਮਤਲਬ ਕੀ ਹੈ ਵੀ ਇਸ ਉਮਰ ਦੇ ਬੱਚੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਕਿਉਂ ਕਰਦੇ ਨੇ ਬਈ ਕਿਉਂਕਿ ਉਹਨਾਂ ਦੇ ਅੰਦਰ ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ ਦੀ ਭਾਵਨਾ ਜ਼ਿਆਦਾ ਪਾਈ ਜਾਂਦੀ ਹੈ ਤਾਂ ਇਹ ਸੀ ਤੁਹਾਡਾ ਦੂਸਰਾ ਸਟੇਜ ਠੀਕ ਹੈ ਲੈਵਲ 1 ਦੀ ਦੂਸਰੀ ਸਟੇਜ ਦੇ ਵਿੱਚ ਆ ਜਾਂਦੀ ਹੈ ਚਲੋ ਅੱਗੇ ਵਧਦੇ ਆਪਾਂ ਲੈਵਲ 2 ਦੇਖਦੇ ਆਂ ਤਾਂ ਲੈਵਲ 2 ਦੇ ਵਿੱਚ ਕੀ ਆ ਗਿਆ ਬਈ ਲੈਵਲ 2 ਆ ਗਈ ਕਨ ਉਰੇ ਦੇ ਵਿੱਚ ਕੀ ਹੁੰਦਾ ਦੇਖੋ ਇਹਦੇ ਵਿੱਚ ਬੱਚਾ ਜਿਹੜਾ ਹੈਗਾ ਇਨਫਲੂਐਂਸ ਹੁੰਦਾ ਸੋਸਾਇਟੀ ਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਬੱਚਾ ਆਪਣੇ ਸਮਾਜ ਤੋਂ ਪ੍ਰਭਾਵਿਤ ਹੋ ਕੇ ਕੀ ਕਰਦਾ ਹੁੰਦਾ ਆਪਣੀ ਇਸ ਪ੍ਰਕਾਰ ਦੀ ਨੈਤਿਕਤਾ ਦਾ ਪ੍ਰਦਰਸ਼ਨ ਕਰਦਾ ਹੁੰਦਾ ਇਹਨੂੰ ਵੀ ਅਸੀਂ ਦੋ ਸਟੇਜਿਜ਼ ਵੰਡਿਆ ਹੋਇਆ ਹੈਗਾ ਜਿਦੇ ਵਿੱਚ ਗੁੱਡ ਬாய் ਪਹਿਲੀ ਸਟੇਜ ਹੈ ਤੇ ਨਾਈਸ ਗਰਲ ਠੀਕ ਹੈ ਜੀ ਗੁੱਡ ਬாய் ਨਾਈਸ ਗਰਲ ਜਾਂ ਫਿਰ ਇਹਨੂੰ ਔਰੀਐਂਟੇਸ਼ਨ ਜਾਂ ਫਿਰ ਇਹਨੂੰ ਗੁੱਡ ਇੰਟਰਪਰਸਨਲ ਰਿਲੇਸ਼ਨਸ਼ਿਪ ਇਹਨੂੰ ਅਸੀਂ 11 ਤੋਂ ਲੈ ਕੇ 13 ਸਾਲ ਦੀ ਅਵਸਥਾ ਮੰਨਦੇ ਹਾਂ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਕਿਉਂਕਿ ਬੱਚਾ ਇੱਕ ਵਿਸ਼ ਸਮਾਜ ਨੂੰ ਹੀ ਬਣਾਉਣਾ ਹੁੰਦਾ ਹੈਗਾ ਠੀਕ ਹੈ ਜੀ ਸਮਾਜ ਦੇ ਅਕੋਰਡਿੰਗ ਉਹ ਵਿਹਾਰ ਕਰਨਾ ਸ਼ੁਰੂ ਕਰਦਾ ਹੈਗਾ ਠੀਕ ਹੈ ਉਹਨੂੰ ਲੱਗਦਾ ਵੀ ਮੈਂ ਸਮਾਜ ਨੂੰ ਦਿਖਾਵਾਂ ਉਹ ਸਮਾਜ ਦੇ ਨਿਯਮਾਂ ਦੇ ਅਕੋਰਡਿੰਗ ਵਿਹਾਰ ਕਰਨਾ ਸ਼ੁਰੂ ਕਰਦਾ ਹੁੰਦਾ ਠੀਕ ਹੈ ਜੀ ਤੁਹਾਨੂੰ ਲੱਗਦਾ ਹੁੰਦਾ ਵੀ ਮੈਂ ਲੋਕਾਂ ਦੀ ਨਜ਼ਰ ਦੇ ਵਿੱਚ ਗੁੱਡ ਬੋਏ ਬਣਾ ਮੈਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਗੁੱਡ ਨਾਈਸ ਗਰਲ ਬਣਾ ਜਾਂ ਗੁੱਡ ਗਰਲ ਬਣਾ ਮੈਂ ਹਣਾ ਜੀ ਇਸ ਕਰਕੇ ਤਾਂ ਉਹ ਇਸ ਪ੍ਰਕਾਰ ਦੇ ਵਰਕ ਕਰਨਾ ਸ਼ੁਰੂ ਕਰਦਾ ਹੈ ਉਹ ਆਪਣੇ ਟੀਚਰ ਨੂੰ ਦੇਖ ਕੇ ਉਹਦੀ ਨਕਲ ਕਰਨਾ ਸ਼ੁਰੂ ਕਰਦਾ ਵੀ ਮੇਰਾ ਟੀਚਰ ਕਿਸ ਪ੍ਰਕਾਰ ਕਰ ਰਿਹਾ ਹੈਗਾ ਠੀਕ ਹੈ ਤਾਂ ਇਸ ਕਨਵੈਨਸ਼ਨ ਸਟੇ ਦੀ ਜਿਹੜੀ ਪਹਿਲੀ ਲੈ ਮੁੰਡਾ ਮੁਤਾਬਸੇ ਸਾਈਡ ਸੌਰੀ ਦ ਸੈਕੰਡ ਲੈਵਲ ਦਾ ਤੀਸਰੀ ਸਟੇਜ ਆ ਜਾਂਦੀ ਹੈ ਗੁੱਡ ਬாய் ਜਾਂ ਨਾਈਸ ਗਰਲ ਪਰ ਇਹਨੂੰ ਅਸੀਂ ਕਨਵੈਨਸ਼ਨਲ ਸਟੇਜ ਦਾ ਸੌਰੀ ਕਨਵੈਨਸ਼ਨਲ ਲੈਵਲ ਦਾ ਪਹਿਲੀ ਸਟੇਜ ਮੰਨਾਂਗੇ ਠੀਕ ਹੈ ਜੀ ਤਈ ਆ ਗਈ ਤੁਹਾਡੀ ਗੁੱਡ ਬாய் ਨਾਈਸ ਗਰਲ ਔਰੀਐਂਟੇਸ਼ਨ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਸਟੇਜ 4 ਦੀ ਗੱਲ ਕਰਦੇ ਆਪਾਂ ਦੇਖੋ ਇਹ ਵੀ ਸਮਾਜ ਤੋਂ ਹੀ ਪ੍ਰਭਾਵਿਤ ਹੈਗਾ ਤਾਂ ਇਹਦੇ ਵਿੱਚ ਆ ਜਾਂਦਾ ਲਾ ਐਂਡ ਆਰਡਰ ਔਰੀਐਂਟੇਸ਼ਨ ਜਾਂ ਫਿਰ ਮੇਨਟੇਨਿੰਗ ਦਾ ਸੋਸ਼ਲ ਆਰਡਰ ਠੀਕ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਦੇਖੋ ਜਿਹੜਾ ਬੱਚਾ ਹੁੰਦਾ ਹੈਗਾ 14 ਤੋਂ ਲੈ ਕੇ 18 ਸਾਲ ਦਾ ਬੱਚਾ ਹੁੰਦਾ ਹੈਗਾ ਉਹ ਕੀ ਕਹਿੰਦਾ ਹੈਗਾ ਉਹ ਕਹਿੰਦਾ ਵੀ ਜਿਹੜਾ ਸਮਾਜ ਚਲਾਇਆ ਜਾਂਦਾ ਹੈ ਇਹ ਸਮਾਜ ਇੱਕ ਨਿਜ਼ਮਾ ਦੁਆਰਾ ਚਲਾਇਆ ਜਾਂਦਾ ਹੈ ਜਿਹੜੇ ਸਮਾਜ ਦੁਆਰਾ ਬਣਾਏ ਜਾਂਦੇ ਨਿਜ਼ਮ ਸਾਨੂੰ ਇਹਨਾਂ ਨਿਜ਼ਮਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਸਾਨੂੰ ਇਹਨਾਂ ਨਿਜ਼ਮਾਂ ਨੂੰ ਤੋੜਨਾ ਨਹੀਂ ਚਾਹੀਦਾ ਹੈਗਾ ਠੀਕ ਹੈ ਜੀ ਤੇ ਸਮਾਜ ਨੂੰ ਸਮਾਜ ਦੇ ਨਿਜ਼ਮਾਂ ਨੂੰ ਸਾਰੇ ਵਿਅਕਤੀਆਂ ਨੂੰ ਫੋਲੋ ਕਰਨਾ ਚਾਹੀਦਾ ਹੈ ਤੇ ਨਾ ਹੀ ਸਾਨੂੰ ਲਾ ਐਂਡ ਆਰਡਰ ਨੂੰ ਤੋੜਨਾ ਚਾਹੀਦਾ ਹੈਗਾ ਠੀਕ ਹੈ ਸਾਨੂੰ ਸਾਰਿਆਂ ਨੂੰ ਲਾ ਐਂਡ ਆਰਡਰ ਅਕੋਰਡਿੰਗ ਕੀ ਕਰਨਾ ਚਾਹੀਦਾ ਹੈ ਵਿਵਹਾਰ ਜਿਹੜਾ ਉਹ ਉਹ ਕਰਨਾ ਚਾ ਤੇ ਇਹ ਕਹਿੰਦਾ ਵੀ ਸਮਾਜ ਜਿਹੜਾ ਹੈਗਾ ਸਾਡਾ ਉਹ ਇੱਕ ਨਿਜ਼ਮਾ ਦੁਆਰਾ ਚਲਾਇਆ ਜਾਂਦਾ ਤੇ ਸਾਨੂੰ ਸਾਰਿਆਂ ਵਕਤ ਬੰਦਿਆਂ ਨੂੰ ਕੀ ਕਰਨਾ ਚਾਹੀਦਾ ਹੈਗਾ ਸਾਨੂੰ ਇਹ ਨਿਜ਼ਮ ਨੂੰ ਕੀ ਕਰਨਾ ਚਾਹੀਦਾ ਮੰਨਣਾ ਚਾਹੀਦਾ ਠੀਕ ਹੈ ਜੀ ਤੇ ਕਿਉਂਕਿ ਇਸ ਦੇ ਵਿੱਚ ਨਾ ਟੀਚਰ ਨੂੰ ਬੜਾ ਫੋਲੋ ਕਰਦਾ ਹੈ ਉਹ ਨੂੰ ਲੱਗਦਾ ਵੀ ਹਾਂ ਟੀਚਰ ਮੇਰੇ ਵਾਸਤੇ ਇੱਕ ਸਮਾਜ ਦਾ ਬਹੁਤ ਵੱਡਾ ਆਹੋ ਹੈਗਾ ਅੰਗ ਹੈਗਾ ਠੀਕ ਹੈ ਤੇ ਮੈਨੂੰ ਉਹਦੀ ਹਰ ਗੱਲ ਨੂੰ ਲਗਭਗ ਲਗਭਗ ਮੰਨਣਾ ਚਾਹੀਦਾ ਹੈਗਾ ਠੀਕ ਹੈ ਨਾ ਇਸ ਕਰਕੇ ਉਹ ਕੀ ਕਰਦਾ ਹੁੰਦਾ ਮੇਨਟੇਨਿੰਗ ਦਾ ਸੋਸ਼ਲ ਆਰਡਰ ਮਤਲਬ ਸਮਾਜ ਦੇ ਜਿਹੜੇ ਨਿਯਮ ਬਣਾਏ ਗਏ ਨੇ ਮੈਨੂੰ ਇਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਮੈਨੂੰ ਇਹਦੇ ਅਕੋਰਡਿੰਗ ਵਿਹਾਰ ਕਰਨਾ ਚਾਹੀਦਾ ਠੀਕ ਹੈ ਇਹ ਆ ਗਈ ਲਾਰਡ ਆਰਡਰ ਔਰੀਐਂਟੇਸ਼ਨ ਅਗਲੀ ਅ ਅਗਲੇ ਲੈਵਲ ਦੀ ਆਪਾਂ ਗੱਲ ਕਰਾਂਗੇ ਤਾਂ ਉਹ ਆ ਗਈ ਥੋੜਾ ਪੋਸਟ ਕਨਵੈਨਸ਼ਨ ਲੈਵਲ ਜਿਹਨੂੰ ਅਸੀਂ ਉਤਰ ਪਰੰਪਰਾਗਤ ਵੀ ਆਖਦੇ ਨੇ ਹੁੰਦੇ ਆ ਤੇ ਇਹਦੇ ਵਿੱਚ ਦੇਖੋ ਕੀ ਆਉਂਦਾ ਇੰਡੀਪੈਂਡੈਂਟ ਥਿੰਕਿੰਗ ਆਪਾਂ ਪਹਿਲਾਂ ਸਟਾਰਟਿੰਗ ਦੇ ਜ ਸਟੇਜ 5 ਦੇਖੋ ਕੀ ਕਹਿੰਦੀ ਹੈ ਸੋਸ਼ਲ ਕੰਟਰੈਕਟ ਔਰੈਂਟੇਸ਼ਨ ਠੀਕ ਹੈ ਤੇ ਸੋਸ਼ਲ ਕੰਟੈਕਟ ਐਂਡ ਇੰਡੀਵਿਜੂਅਲ ਰਾਈਟਸ ਠੀਕ ਹੈ 18 ਸਾਲ ਤੋਂ ਉੱਪਰ ਆ ਜਾਂਦਾ ਬੱਚੇ ਦੇ ਤਾਂ ਇਹਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਸਮਝਦਾ ਹੈ ਵੀ ਜਿਹੜਾ ਸਮਾਜ ਹੈਗਾ ਉਹ ਇੱਕ ਸਮਝੌਤੇ ਦਾ ਪਰਿਨਾਮ ਹੈਗਾ ਠੀਕ ਹੈ ਤੇ ਜਿਹੜੇ ਇਹ ਸਮਝੌਤੇ ਦੇ ਮਤਲਬ ਜਿਹੜਾ ਸਮਝੌਤੇ ਦਾ ਪ੍ਰਭਾਵ ਹੁੰਦਾ ਹੈਗਾ ਇਹ ਵੱਡੀ ਗਿਣਤੀ ਦੇ ਉੱਪਰ ਪੈਂਦਾ ਹੈਗਾ ਮਤਲਬ ਵੀ ਵੱਡੀ ਗਿਣਤੀ ਦੇ ਲੋਕਾਂ ਨੂੰ ਇਹਦਾ ਮਤਲਬ ਇੱਕ ਪ੍ਰਕਾਰ ਦਾ ਕਬੂਲਨਾਮਾ ਹੁੰਦਾ ਹੈਗਾ ਇਹ ਹਾਂ ਮਦਨੇ ਦੇ ਚ ਬੰਦੇ ਦੇ ਮੌਲਿਕ ਅਧਿਕਾਰ ਵੀ ਆ ਜਾਂਦੇ ਨੇਗੇ ਠੀਕ ਹੈ ਤੁਹਾਡੇ ਹਰ ਪ੍ਰਕਾਰ ਦੇ ਅਧਿਕਾਰ ਦੇ ਵੀ ਸ਼ਾਮਲ ਹੁੰਦੇ ਨੇ ਵੱਡੀ ਗਿਣਤੀ ਦੇ ਅਧਿਕਾਰ ਇਹਦੇ ਵੀ ਸ਼ਾਮਲ ਹੁੰਦੇ ਨੇਗੇ ਪਰ ਤੁਹਾਨੂੰ ਇਹਨਾਂ ਸਾਰੇ ਅਧਿਕਾਰ ਨੂੰ ਨਾਰਮਲ ਤਰੀਕਾ ਨਾਲ ਚਾਹੀਦਾ ਹੈਗਾ ਪਰ ਜੇ ਕੋਈ ਕਿਸੇ ਵਿਅਕਤੀ ਦੇ ਕੰਮ ਦੇ ਵਿੱਚ ਤੁਹਾਡੇ ਇਹ ਮੌਲਿਕ ਅਧਿਕਾਰ ਜਾਂ ਤੁਹਾਡੀ ਜਿਹੜੀ ਸਰਵਸੰਮਤੀ ਹੈ ਜਾਂ ਜਿਹੜੇ ਤੁਹਾਡੇ ਸਮਾਜ ਦੇ ਸਮਝੌਤੇ ਨੇਗੇ ਜੇ ਕੋ ਕਿਸੇ ਦੇ ਕੰਮ ਦੇ ਵਿੱਚ ਅੜਚਨ ਮੰਨਦੇ ਨੇ ਉਹਨਾਂ ਨੂੰ ਤੋੜਿਆ ਵੀ ਜਾ ਸਕਦਾ ਹੈ ਇੱਥੇ ਕਹਿੰਦਾ ਵੀ ਤੋੜਿਆ ਵੀ ਜਾ ਸਕਦਾ ਹੈ ਪਰ ਇੱਥੇ ਉਹ ਲਾ ਐਂਡ ਆਰਡਰ ਨੂੰ ਮੰਨਣ ਦੀ ਗੱਲ ਕਰਦਾ ਹੈਗਾ ਕਿ ਲਾ ਐਂਡ ਆਰਡਰ ਨੂੰ ਮੰਨਣਾ ਸਮਝਾ ਸਮਾਜਿਕ ਸਮਝੌਤੇ ਨੂੰ ਤਾਂ ਕਹਿੰਦਾ ਤੋੜਿਆ ਜਾ ਸਕਦਾ ਹੈਗਾ ਇੱਥੇ ਕਿਉਂਕਿ ਪਿਛਲੇ ਸਟੇਟਮੈਂਟ ਵਿੱਚ ਕਹਿੰਦਾ ਸਮਾਜਿਕ ਸਮਝੌਤੇ ਹੀ ਮੰਨੇ ਚਾਹੀਦੇ ਨੇ ਤੇ ਲਾ ਐਂਡ ਆਰਡਰ ਨੂੰ ਹੀ ਮੰਨਣਾ ਚਾਹੀਦਾ ਹੈਗਾ ਠੀਕ ਹੈ ਨਾ ਇੱਥੇ ਉਹ ਲਾ ਐਂਡ ਆਰਡਰ ਨੂੰ ਮੰਨਣ ਦੀ ਗੱਲ ਵੀ ਕਰਦਾ ਹੈਗਾ ਵੀ ਲਾ ਐਂਡ ਆਰਡਰ ਨਹੀਂ ਤੋੜਨਾ ਚਾਹੀਦਾ ਬਈ ਪਰ ਤੁਸੀਂ ਆਪਣੇ ਇਹਨਾਂ ਸਮਾਜਿਕ ਸਮਝੌਤਿਆਂ ਨੂੰ ਬਦਲ ਵੀ ਸਕਦੇ ਹੋਗੇ ਸਮਾਜਿਕ ਸਮਝੌਤੇ ਬਦਲੇ ਜਾ ਸਕਦੇ ਨੇ ਕਿ ਮੇਰੇ ਕਿਸੇ ਇੰਡੀਵਿਜੂਅਲ ਕਾਰਜ ਨੂੰ ਕੀ ਕਰਦੇ ਨੇ ਉਹ ਇਨਫਲੂਐਂਸ ਕਰਦੇ ਨੇ ਠੀਕ ਹੈ ਜੀ ਇਹਨਾਂ ਅਧਿਕਾਰਾਂ ਨੂੰ ਮੋਡੀਫਾਈ ਵੀ ਕੀਤਾ ਜਾ ਸਕਦਾ ਹੈ ਇਹਨਾਂ ਦੇ ਅਧਿਕਾਰਾਂ ਨੂੰ ਬਦਲਿਆ ਵੀ ਜਾ ਸਕਦਾ ਹੁੰਦਾ ਹੈ ਠੀਕ ਹੈ ਇਸ ਕਰਕੇ ਨੂੰ ਅਸੀਂ ਆਖਦੇ ਨੇ ਸੋਸ਼ਲ ਕੰਟਰੈਕਟ ਔਰੀਐਂਟੇਸ਼ਨ ਜਾਂ ਫਿਰ ਨੂੰ ਸੋਸ਼ਲ ਕੰਟਰੈਕਟ ਐਂਡ ਇੰਡੀਵਿਜੂਅਲ ਰਾਈਟ ਦਾ ਨਾਮ ਅਸੀਂ ਦੇ ਦਿੰਦੇ ਹਾਂ ਠੀਕ ਹੈ ਕਲੀਅਰ ਚਲੋ ਇਸ ਵਾਰ ਅਸੀਂ ਦੇਖਦੇ ਹਾਂ ਜੀ ਸਟੇਜ 6 ਤੇ ਆ ਜਾਂਦੀ ਹੈ ਯੂਨੀਵਰਸਲ ਐਥਿਕਸ ਪ੍ਰਿੰਸੀਪਲ ਔਰੀਐਂਟੇਸ਼ਨ ਇਹਨੂੰ ਬੋਲਦੇ ਆ ਅਸੀਂ ਠੀਕ ਹੈ ਇਹ ਕੀ ਕਹਿੰਦਾ ਬਈ ਹੁਣ ਇੱਥੇ ਆ ਕੇ ਬੜਾ ਇੰਪੋਰਟੈਂ ਉਨੇ ਦੇਖੋ ਕੀ ਕਹਿੰਦਾ ਹੈਗਾ ਇੱਥੇ ਆ ਕੇ ਇਕਵਲਟੀ ਫਾਰ ਆਲ ਠੀਕ ਹੈ ਇਸ ਤਰ੍ਹਾਂ ਦੀ ਗੱਲਾਂ ਹੋਣ ਲੱਗ ਜਾਂਦਾ ਹੈ ਕਾਰਨ ਡਿਗਨਿਟੀ ਨੇ ਹਿਊਮਨ ਸਾਰੀਆਂ ਗੱਲਾਂ ਇਹਦੇ ਵਿੱਚ ਕਰਨਾ ਆ ਜਾਂਦਾ ਹੈ ਨਾ ਤੇ ਇੱਥੇ ਆ ਕੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਤਜਰਬੇ ਇੱਕ ਕਾਫੀ ਮਚੁਰ ਅਏਜ ਦੇ ਵਿੱਚ ਆ ਚੁੱਕਿਆ ਹੁੰਦਾ ਹੋਰ ਆ ਕੇ ਤਾਂ ਉਹ ਆਪਣੀ ਜ਼ਿੰਦਗੀ ਦੇ ਸਾਰੇ ਤਜਰਬੇ ਠੀਕ ਹੈ ਜੀ ਉਹ ਸਮਾਜਿਕ ਸਮਝੌਤੇ ਨੂੰ ਵੀ ਦੇਖ ਚੁੱਕਿਆ ਹੈ ਉਹ ਲਾ ਐਂਡ ਆਰਡਰ ਨੂੰ ਵੀ ਦੇਖ ਚੁੱਕਿਆ ਹੈਗਾ ਇੱਕ ਵਾਰੀ ਕਹਿੰਦਾ ਜੀ ਸਾਨੂੰ ਉਹ ਸਮਾਜਿਕ ਸਮਝੌਤੇ ਨੂੰ ਮੰਨਣਾ ਚਾਹੀਦਾ ਹੈ ਲਾ ਐਂਡ ਆਰਡਰ ਨੂੰ ਫੋਲੋ ਕਰਨਾ ਚਾਹੀਦਾ ਹੈ ਇੱਕ ਵਾਰੀ ਕੋਈ ਕਹਿੰਦਾ ਇਸ ਮੈਜਿਕ ਨੂੰ ਉੱਤੇ ਬਦਲੇ ਵੀ ਜਾ ਸਕਦੇ ਨੇ ਇਹਨੂੰ ਮੋਡੀਫਾਈ ਵੀ ਕੀਤਾ ਜਾ ਸਕਦਾ ਹੈ ਪਰ ਲਾਅ ਐਂਡ ਆਰਡਰ ਨੂੰ ਮੰਨਣਾ ਚਾਹੀਦਾ ਹੈ। ਇੱਕ ਕੁਸਚਨ ਆਇਆ ਸੀ ਸੀਟੈਟ ਦੇ ਪੇਪਰ ਦੇ ਵਿੱਚ ਉਹ ਕੀ ਕਹਿੰਦਾ ਜੀ ਉਹ ਕਹਿੰਦਾ ਵੀ ਕਰਨੈਲ ਸਿੰਘ ਨੇ ਉਹ ਕਹਿੰਦੇ ਸਰਕਾਰ ਨੂੰ ਇਸ ਕਰਕੇ ਟੈਕਸ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਹੈ ਵੀ ਸਰਕਾਰ ਉਹਨਾਂ ਦੇ ਟੈਕਸ ਦਾ ਪੈਸਾ ਗੈਰ ਜ਼ਰੂਰੀ ਡੈਮੇਜ ਉਸਾਰੀ ਦੇ ਲਈ ਕਰ ਰਹੀ ਹੈ। ਲਾਰੈਂਸ ਕੋਲਬਰਗ ਦੇ ਅਨੁਸਾਰ ਕਿਹੜੀ ਸਟੇਜ ਇਹਦੇ ਵਿੱਚ ਨੇਗੇ ਠੀਕ ਹੈ ਜੀ ਉਹ ਸਟੇਜ ਦੇ ਉਸ ਨੂੰ ਪਤਾ ਲੱਗਿਆ ਹੋਣਾ ਜੀ ਕਿਉਂ ਵੀ ਬਿਕੋ ਹੁਣ ਟੈਕਸ ਨਾ ਦੇਣਾ ਇਹਦਾ ਮਤਲਬ ਲਾਅ ਐਂਡ ਆਰਡਰ ਨੂੰ ਨਾ ਮੰਨਣਾ ਹੈਗਾ ਟੈਕਸ ਨਾ ਦੇਣਾ ਤਾਂ ਲਾਅ ਐਂਡ ਆਰਡਰ ਨੂੰ ਨਾ ਮੰਨਣਾ ਹੈਗਾ ਹਣਾ ਹੁਣ ਲਾਅ ਐਂਡ ਆਰਡਰ ਨੂੰ ਨਾ ਮੰਨਣ ਦੀ ਜਿਹੜੀ ਗੱਲ ਹੋਊਗੀ ਉਹ ਕਿੱਥੇ ਆ ਕੇ ਹੋਊਗੀ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਦੇ ਵਿੱਚ ਹੋਊਗੀ ਮੇਰੇ ਐਥਿਕਸ ਇਹ ਕਹਿੰਦੇ ਨੇ ਬਈ ਕਿ ਮੈਂ ਤੁਹਾਡੀ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਹੈਗਾ ਮੈਂ ਠੀਕ ਹੈ ਜੀ ਮੈਂ ਇਹਨਾਂ ਗੱਲਾਂ ਨੂੰ ਤੁਹਾਡੇ ਨਹੀਂ ਮੰਨਦਾ ਹੈਗਾ ਮੈਂ ਠੀਕ ਹੈ ਤੇ ਹੁਣ ਜਿਹੜਾ ਟੈਕਸ ਦਿੰਦਾ ਬੰਦਾ ਇਹਦਾ ਨੇਚਰਲੀ ਗੱਲ ਹੈ ਵੀ 18 ਸਾਲ ਤੋਂ ਉੱਪਰ ਹੋ ਗਿਆ ਬਈ ਉਹ ਮੋਸਟਲੀ ਬੰਦੇ ਆ ਇਹਦਾ 18 ਸਾਲ ਤੋਂ ਕਰੀ ਪਰ ਮੋਸਟਲੀ ਮੈਂ 18 ਸਾਲ ਤੋਂ ਉਪਰ ਡੈਕਸਰ ਦਾ 18 ਸਾਲ ਤੋਂ ਉਪਰ ਵੀ ਲੰਨਦੇ ਆਗੇ ਤੁਸੀਂ 18 ਸਾਲ ਤੋਂ ਸਾਧੂ ਕੱਟ ਦੀ ਕੀ ਗੱਲ ਕਰਦੇ ਹੋ ਹਣਾ ਤਾਂ ਹੁਣ ਮੇਰੇ ਇਥੇ ਕਰਨਾਇ ਸਿੰਘ ਦੇ ਐਥਿਕਸ ਕੀ ਕਹਿੰਦੇ ਨੇ ਬਈ ਭਈ ਵੀ ਮੈਂ ਤਾਂ ਲਾਅ ਐਂਡ ਆਰਡਰ ਨੂੰ ਵੀ ਤੋੜ ਸਕਦਾਗਾ ਮੈਨੂੰ ਐ ਲੱਗਦਾ ਵੀ ਮੇਰੇ ਐਥਿਕਸ ਕਹਿੰਦੇ ਨੇ ਵੀ ਭਈ ਮੈਨੂੰ ਟੈਕਸ ਨਹੀਂ ਦੇਣਾ ਚਾਹੀਦਾ ਹੈਗਾ ਇਹ ਮੇਰੀ ਮੋਰਲ ਵੈਲਿਊਜ਼ ਕਹਿੰਦੀਆਂ ਨਹੀਂ ਮੇਰੀ ਨੈਤਿਕਤਾ ਇਹ ਕਹਿੰਦੀ ਹੈ ਹਣਾ ਅੱਛਾ ਇਸੇ ਪ੍ਰਕਾਰ ਜੇ ਅਸੀਂ ਹਿੰਜ ਦੀ ਗੱਲ ਕਰਦੇ ਆ ਤਾਂ ਹਿੰਜ ਦੇ ਖੋਣ ਕੀ ਕਹਿੰਦਾ ਸੀ ਜੀ ਪਤੀ ਪਤਨੀ ਠੀਕ ਹੈ ਨੈਚੁਰਲੀ ਗੱਲ ਹੈ ਵੀ ਵੱਡੇ ਹੋ ਚੁੱਕ ਮਾਜਿਕ ਸਮਝੌਤੇ ਨੂੰ ਵੀ ਤੋੜ ਦੂੰਗਾ ਮੈਂ ਤਾਂ ਜੀ ਤੇ ਲਾ ਐਂਡ ਆਰਡਰ ਨੂੰ ਵੀ ਤੋੜ ਦੂੰਗਾ ਮੈਂ ਇਹਦਾ ਮਤਲਬ ਕੀ ਆ ਗਿਆ ਜਦੋਂ ਉਹ ਲਾ ਐਂਡ ਆਰਡਰ ਨੂੰ ਤੋੜਨੀ ਗੱਲ ਕਰਦਾ ਹੈ ਇਹਦਾ ਮਤਲਬ ਫਿਰ ਕਿੱਥੇ ਆ ਗਿਆ ਇਹ ਉਹ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਦੇ ਵਿੱਚ ਆ ਜਾਂਦਾ ਉਹ ਲਾਸਟ ਸਟੇਜ ਦੇ ਵਿੱਚ ਆ ਜਾਂਦਾ ਹੈਗਾ ਉਹ ਇੰਡੀਪੈਂਡੈਂਟ ਰੂਪ ਨਾਲ ਆਪਣਾ ਜਿਹੜਾ ਨੈਤਿਕਤਾ ਦਾ ਪ੍ਰਦਰਸ਼ਨ ਉਹ ਕਰ ਰਿਹਾ ਹੁੰਦਾ ਜੀ ਗੱਲ ਕਲੀਅਰ ਜੀ ਇੱਥੇ ਤਾਂ ਜਦੋਂ ਅਸੀਂ ਇੰਡੀਪੈਂਡੈਂਟ ਰੂਪ ਦੇ ਵਿੱਚ ਆ ਕੇ ਲਾ ਐਂਡ ਆਰਡਰ ਨੂੰ ਵੀ ਅਸੀਂ ਅਲੱਗ ਰੱਖ ਕੇ ਜਾਂ ਉਹਨੂੰ ਤੋੜ ਕੇ ਵੀ ਅਸੀਂ ਕਹਿੰਦੇ ਵੀ ਹਾਂ ਭਈ ਕੋਈ ਗੱਲ ਨਹੀਂ ਸਾਡੇ ਇੰਡੀਵਿਜੂਅਲ ਅਸੀਂ ਦਰਨੇ ਕਰਦੇ ਆਂ ਪ੍ਰਦਰਸ਼ਨ ਕਰਦੇ ਆਂ ਆਪਣੇ ਹੱਕਾਂ ਦੀ ਮੰਗ ਕਰਦੇ ਹੁੰਨੇ ਕਈ ਵਾਰ ਸਾਨੂੰ ਵੈਰੀਗੂਡਸ ਵੀ ਤੁਰਨੇ ਪੈਂਦੇ ਨੇ ਜਾਂ ਕੁਝ ਹੋ ਵੀ ਕਰਨਾ ਪੈਂਦਾ ਹੈ ਤਾਂ ਉੱਥੇ ਸਾਡੀ ਐਥਿਕਸ ਕਹਿੰਦੀ ਹੈ ਵੀ ਨਹੀਂ ਨਹੀਂ ਭਾਈ ਸਾਨੂੰ ਇਹਨਾਂ ਸਾਰੇ ਗੱਲਾਂ ਨੂੰ ਤੋੜ ਕੇ ਅੱਗੇ ਲਾਇਨ ਆਰਡਰ ਨੂੰ ਵੀ ਕਈ ਵਾਰ ਤੋੜ ਕੇ ਅੱਗੇ ਵਧਣਾ ਪੈਂਦਾ ਹੁੰਦਾ ਹੈ ਠੀਕ ਹੈ ਨਾ ਤਾਂ ਉੱਥੇ ਅਸੀਂ ਕਿਹੜੀ ਸਟੇਜ ਦੇ ਵਿੱਚ ਆਨੇ ਹੁੰਨੇ ਅਸੀਂ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਆਰਡਰੈਂਸ਼ਨ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਹੁੰਨੇ ਤਾਂ ਇਹ ਉਹਦੀਆਂ ਸੀਗੀਆਂ 6 ਸਟੇਜਿਸ ਵੀ ਠੀਕ ਹੈ ਨਾ ਇਸ ਪ੍ਰਕਾਰ ਆਪਾਂ ਤਿੰਨ ਤਾਂ ਲੈਵਲ ਦੀ ਗੱਲ ਕੀਤੀ ਹੈ ਤੇ 6 ਉਹਦੀਆਂ ਸਟੇਜਿਸ ਦੀ ਗੱਲ ਕੀਤੀ ਤਾਂ ਯਾ ਕਿਹੜੇ-ਕਿਹੜੇ ਕਾਰਕ ਨੇ ਬਈ ਜਿਹੜੀ ਸਾਡੀ ਨੈਤਿਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ ਪਰਿਵਾਰ ਹੈ ਤੁਹਾਡਾ ਸਕੂਲ ਹੈ ਤੁਹਾਡਾ ਆਲਾ ਦਵਾਲਾ ਹੈ ਧਰਮ ਹੈ ਸਾਥੀ ਸਮੂਹ ਹੈ ਸੰਸਕ੍ਰਿਤੀ ਹੈ ਤੁਹਾਡਾ ਸਮੁਦਾਇ ਹੈਗਾ ਇਹਾਰੇ ਤੁਹਾਡੇ ਨੈਤਿਕਤਾ ਨੂੰ ਕੀ ਕਰਦੇ ਹੁੰਦੇ ਨੇ ਪ੍ਰਭਾਵਿਤ ਕਰਦੇ ਨੇ ਠੀਕ ਹੈ ਜੀ ਸਾਰੀ ਗੱਲਾਂ ਨੋਟ ਕਰ ਲਓ ਤੁਸੀਂ ਇਹਦੇ ਚਲੋ ਆਪਾਂ ਹੁਣ ਗੱਲ ਕਰਾਂਗੇ ਜੀ ਇਹਦੀ ਸਭ ਤੋਂ ਜ਼ਿਆਦਾ ਆਲੋਚਨਾ ਕਿਨੇ ਕੀਤੀ ਸੀ ਠੀਕ ਹੈ ਨਾ ਇਹਦੇ ਬਾਰੇ ਵੀ ਬੜੇ ਕੁਸਚਨ ਪੁੱਛਿਆ ਜਾਂਦੇ ਨੇ ਤਾਂ ਇਹਦੀ ਆਲੋਚਨਾ ਕਰਨ ਦੀ ਜਿਹੜੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਆਲੋਚਨਾ ਕੀਤੀ ਜਾਂਦੀ ਹੈ ਜੀ ਤਾਂ ਉਹਦੀ ਇੱਕ ਸਹਾਇਕ ਸੀਗੀ ਠੀਕ ਹੈ ਇਹਦੇ ਨਾਲ ਹੀ ਕੰਮ ਕਰਿਆ ਉਹਨੇ ਕੋਰਲ ਔਰਲ ਗਿਲਗਨ ਨੇ ਇਹਦੀ ਸਭ ਤੋਂ ਜ਼ਿਆਦਾ ਲੋਚਨਾ ਕੀਤੀ ਹੈ ਇਸ ਸਿਨਾਹ ਦੀ ਲਾਰੈਂਸ ਕੋਲਵਰਗ ਦੇ ਨੈਤਿਕ ਵਿਕਾਸ ਦੀ ਸਭ ਤੋਂ ਜ਼ਿਆਦਾ ਲੋਚਨਾ ਇਹਦੀ ਸਹਾਇਕ ਨਹੀਂ ਕੀਤੀ ਸੀਗੀ ਉਹ ਕੀ ਕਹਿੰਦੀ ਹੈ ਕਹਿੰਦੀ ਇੱਕ ਤਾਂ ਇਹਨੇ ਪਿਆਜੇ ਦੀ ਨਕਲ ਮਾਰੀ ਹੈ ਹੁਣ ਨਾਲ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਇਹਦੀ ਕਮਜ਼ੋਰੀਆਂ ਕੀ ਨੇ ਸਾਰਾ ਪਤਾ ਹੁੰਦਾ ਨੂੰ ਹਨਾ ਵੀ ਕੀ ਕੀ ਇਹਨੇ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਹਨਾ ਤਾਂ ਕਹਿੰਦੀ ਪਿਆਜੇ ਦੀ ਨਕਲ ਮਾਰੀ ਇੱਕ ਤਾਂ ਇਹਨੇ ਨਕਲਚੀ ਸੀ ਬੰਦਾ ਇਹ ਦੂਸਰਾ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਉਹ ਕੀ ਸੀ ਦੀ ਲਿੰਗੀ ਭੇਦ ਪਾਉ ਉਹ ਕਹਿੰਦੀ ਵੀ ਉਹ ਇਹਨੇ ਆਪਣੇ ਸਿਧਾਂਤ ਦੇ ਵਿੱਚ ਲਿੰਗਾ ਦੇ ਪ੍ਰਤੀਭੇਦ ਪਾਉ ਕੀਤਾ ਹੈ ਸਿਨਾਤਾ ਨੇ ਬਣਾਤਾ ਪਨੇ ਜ਼ਿਆਦਾਤਰ ਕੁਸਚਨ ਇਕੁਇ ਲਿੰਗ ਨੂੰ ਪੁੱਛਨੇ ਜੀ ਠੀਕ ਹੈ ਜੀ ਹੁਣ ਤੁਸੀਂ ਕਿਸੇ ਇੱਕ ਲਿੰਗ ਦੇ ਆਧਾਰ ਦੇ ਉੱਪਰ ਆਪਣੇ ਸਮਾਜ ਨੂੰ ਇਹ ਨਹੀਂ ਆਪਣੇ ਸਿਨਾਤ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਸਾਰੇ ਸਮਾਜ ਦਾ ਸਿਨਾਤ ਹੈ ਕਿਉਂਕਿ ਵੈਰੀ ਕਰਦਾ ਹੈ ਵਿਅਕਤੀ ਤੋਂ ਵਿਅਕਤੀ ਵੈਰੀ ਕਰਦਾ ਹੈ ਸਮੇ ਤੋਂ ਸਮੇ ਵੈਰੀ ਕਰਦਾ ਹੈ ਸਥਾਨ ਤੋਂ ਸਥਾਨ ਵੈਰੀ ਕਰਦਾ ਹੁੰਦਾ ਬਈ ਹਨਾ ਕਿਉਂਕਿ ਤੁਹਾਨੂੰ ਪਤਾ ਵੀ ਨੈਤਿਕਤਾ ਤੁਹਾਡੀ ਸਮੇ ਸਥਾਨ ਤੇ ਵਿਅਕਤੀ ਦੇ ਅਨੁਸਾਰ ਬਦਲ ਜਾਂਦੀ ਹੈ ਠੀਕ ਹੈ ਨਾ ਉੱਥੇ ਫਿਰ ਆ ਕੇ ਇਹਨੇ ਇਸ ਗੱਲ ਦਾ ਕੀ ਕੀਤਾ ਸੀਗਾ ਵਧੀਆ ਆਲੋਚਨਾ ਕੀਤੀ ਸੀ ਵੀ ਇਹਨੇ ਲਿੰਗੀ ਭੇਦਭਾਵ ਕੀਤਾ ਆਪਣੇ ਸਿਧਾਂਤ ਦੇ ਵਿੱਚ ਸਾਂਸਕ੍ਰਿਤੀਬਿੰਤਾਂਵਾ ਨੂੰ ਇਹਨੇ ਮਾਤਰਿ ਨਿਮਨ ਦਿੱਤਾ ਹੈਗਾ ਹੁਣ ਦੇਖੋ ਆਪਾਂ ਕੀ ਗੱਲ ਕੀਤੀ ਹੈ ਸਥਾਨ ਦੇ ਅਕੋਰਡਿੰਗ ਤੁਹਾਡੀ ਨੈਤਿਕਤਾ ਜਿਹੜੀ ਉਹ ਬਦਲ ਜਾਂਦੀ ਹੈ ਚੇਂਜ ਹੋ ਜਾਂਦੀ ਹੈ ਹੁਣ ਪਾਕਿਸਤਾਨ ਦੇ ਵਿੱਚ ਕੁਝ ਹੋਰ ਪ੍ਰਕਾਰ ਦੀ ਨੈਤਿਕਤਾ ਹੈ ਹਿੰਦੁਸਤਾਨ 'ਚ ਕੁਝ ਹੋਰ ਪ੍ਰਕਾਰ ਦੀ ਨੈਤਿਕਤਾ ਹੈ ਯੂਐਸਏ ਦੇ ਵਿੱਚ ਕਿਸੇ ਹੋਰ ਪ੍ਰਕਾਰ ਦੀ ਨੈਤਿਕਤਾ ਹੈਗੀ ਹਣਾ ਜੀ ਮੇਰੇ ਸਮਾਜ ਦੇ ਵਿੱਚ ਹੋਰ ਪ੍ਰਕਾਰ ਦੀ ਨੈਤਿਕਤਾ ਹੈ ਕਿਸੇ ਹੋਰ ਬੰਦੇ ਦੇ ਸਮਾਜ ਦੇ ਵਿੱਚ ਹੋਰ ਪ੍ਰਕਾਰ ਦੀ ਨੈਤਿਕਤਾ ਹੋਊਗੀ ਸਿੱਖ ਸਮਾਜ ਦੇ ਵਿੱਚ ਹੋਰ ਪ੍ਰਕਾਰ ਦੀ ਨੈਤਿਕਤਾ ਉਸੇ ਸਮਾਜ ਦੇ ਵਿੱਚ ਹੋਰ ਪ੍ਰਕਾਰ ਦੀ ਨੈਤਿਕਤਾ ਹੋਊਗੀ ਤਾਂ ਉੱਥੇ ਆ ਕੇ ਸਾਡੀ ਸੰਸਕ੍ਰਿਤ ਭਿੰਤਾਵਾਂ ਦਾ ਵੀ ਫਰਕ ਪੈ ਜਾਂਦਾ ਹੁੰਦਾ ਹੈ ਜਿੱਦਾਂ ਸਾਡੀਆਂ ਨੈਤਿਕਤਾਵਾਂ ਹੀ ਬਦਲ ਜਾਂਦੀਆਂ ਨੇ ਸਾਡੀਆਂ માનਤਾਵਾਂ ਹੀ ਬਦਲ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਜੀ ਤਾਂ ਇਹਨੇ ਸੰਸਕ੍ਰਿਤ ਭਿੰਤਾਵਾਂ ਨੂੰ ਮਹੱਤਵ ਨਹੀਂ ਦਿੱਤਾ ਇਹ ਕਹਿਣਾ ਕੀ ਦਾ ਸੀਗਾ ਕੋਰਲ ਗਿਲਗਨ ਦਾ ਕਹਿਣਾ ਸੀਗਾ ਠੀਕ ਹੈ ਜੀ ਅੱਛਾ ਭਾਈ ਦੇਖਭਾਲ ਦਾ ਦ੍ਰਿਸ਼ਟੀਕੋਣ ਕਿਉਂਕਿ ਇਹ ਲਿੰਗ ਨੂੰ ਲੈ ਕੇ ਚੱਲ ਰਹੀ ਸੀ ਇਹ ਕ ਔਰਤਾਂ ਆਪਣੇ ਕਿਸੇ ਵੀ ਰਿਸ਼ਤੇ ਦੇ ਪ੍ਰਤੀ ਦੇਖਭਾਲ ਦਾ ਦ੍ਰਿਸ਼ਟੀਕੋਣ ਜ਼ਿਆਦਾ ਰੱਖਦੀਆਂ ਨੇ ਜੀ ਉਹ ਇੱਕ ਇੱਕ ਦੂਸਰੇ ਦੇ ਪ੍ਰਤੀ ਚਿੰਤਾ ਅਤੇ ਜੁੜਾਅ ਦੀ ਭਾਵਨਾ ਵੀ ਰੱਖਦੀਆਂ ਨੇ ਜੀ ਉਹ ਠੀਕ ਹੈ ਜੀ ਇੱਕ ਦੂਸਰੇ ਪ੍ਰਤੀ ਚਿੰਤਾ ਤੇ ਜੁੜਾਅ ਦੀ ਭਾਵਨਾ ਰੱਖਦੀਆਂ ਨੇ ਜਿਹੜੀ ਪੁਰਸ਼ਾਂ ਦੇ ਅੰਦਰ ਨਹੀਂ ਪਾਈ ਜਾਂਦੀ ਹੁੰਦੀ ਤਾਂ ਕਿਸ ਅਧਾਰ ਦੇ ਉੱਪਰ ਉਹਨੇ ਨੈਤਿਕਤਾ ਦੀ ਆਲੋਚਨਾ ਕੀਤੀ ਸੀ ਕਾਲ ਕਾਰਲ ਗਿਲਗਨ ਨਹੀਂ ਕਾਲ ਆਰੈਂਸਕੋਲ ਵਰਗ ਦੇ ਤਾਂ ਉਹ ਸੀਗਾ ਜੀ ਵੈਰੀ ਇੰਪੋਰਟੈਂਟ ਹੈ ਜਿਹਦੇ ਵਿੱਚ ਲਿੰਗੀ ਭੇਦ ਪਾਉ ਨੇ ਸੋ ਸਿਆਸੀ ਦੇ ਵਿੱਚ ਸੰਸਕ੍ਰਿਤ ਵਿਵਿਧਤਾਵਨ ਮਹੱਤਵ ਬਣ ਨਹੀਂ ਤਸੀਂ ਦੇਖਭਾਲ ਦਾ ਦ੍ਰਿਸ਼ਟੀਕੋਣ ਦੱਸਿਆ ਸੀ ਇਹਦੇ ਵਿੱਚ ਤੇ ਇੱਕ ਦੂਸਰੇ ਦੀ ਚਿੰਤਾ ਤੇ ਜੁੜਾ ਦੀ ਭਾਵਨਾ ਜਿਹੜੀ ਆ ਉਹ ਔਰਤਾਂ ਦੇ ਅੰਦਰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਪਾਈ ਜਾਂਦੀ ਹੈ ਅਕੋਰਡਿੰਗ ਟੂ ਕਾਰਲ ਗਿਲਗੰਦੇ ਇਹ ਕਈ ਵਾਰੀ ਪੀਐਸਟੈਟ ਦੇ ਅੰਦਰ ਕੁਸਚਨ ਆ ਚੁੱਕਿਆ ਬਈ ਜਦੋਂ ਆਪਾਂ ਇਸ ਥਿਉਰੀ ਦੇ ਨਾਲ ਜੁੜੇ ਹੋਏ ਕੁਸਚਨ ਕਰਾਂਗੇ ਤਾਂ ਫਿਰ ਆਪਾਂ ਦੇਖਾਂਗੇ ਉਹਦੇ ਵਿੱਚ ਕਿਸ ਪ੍ਰਕਾਰ ਦੇ ਕੁਸਚਨ ਜਿਹੜੇ ਆਏ ਹੋਏ ਨੇ ਤੁਹਾਨੂੰ ਹਨਾ ਤੇ ਸਾਡੇ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਿਓ ਕੱਲ ਮੈਂ ਤੁਹਾਨੂੰ ਇਸ ਇਸ ਥਿਉਰੀ ਦੇ ਨਾਲ ਜੁੜੇ ਹੋਏ ਕੁਸਚਨ ਤੁਹਾਡੇ ਫਰੀ ਆਫ ਕੋਸਟ ਹੋਣਗੇ ਤੁਹਾਡੇ ਕੋਈ ਚਾਰਜ ਨਹੀਂ ਇਹਦੇ ਵਿੱਚ ਹੋਊਗਾ ਬਈ ਤਾਂ ਤੁਸੀਂ ਇਹਨੂੰ ਪ੍ਰੈਕਟਿਸ ਦੇ ਤੌਰ ਤੇ ਵਰਤ ਸਕਦੇ ਹੋਗੇ ਤਾਂ ਐਪ ਨੂੰ ਜਰੂਰ ਡਾਊਨਲੋਡ ਕਰ ਲਿਓ ਤੇ ਉੱਥੋਂ ਤੁਸੀਂ ਇਹ ਕੁਐਸਚਨ ਦੀ ਸਾਰੀ ਸੀਰੀਜ਼ ਹੈ ਜਿਹੜੀ ਲਾਰੈਂਸ ਕੋਲਬਰਗ ਦੀ ਥਿਊਰੀ ਦੀ ਜੋ ਵੀ ਕੁਐਸਚਨ ਹੋਣਗੇ ਆਏ ਹੋਏ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਮੈਂ ਸਭ ਨੂੰ ਸਾਰੇ ਪਵਾ ਦੇਣਾ ਉੱਥੇ 깔 ਠੀਕ ਹੈ ਜੀ ਚਲੋ ਤਾਂ ਕਹ ਰੋ ਗਿਲਗਨ ਵੀ ਕਹਿੰਦੀ ਮੈਂ ਤਾਂ ਆਪ ਦੇਉਂਗੀ ਵੀ ਸਿਧਾਂਤ ਹਨਾ ਚਲੋ ਬਈ ਤੂੰ ਵੀ ਇਹ ਦੱਸ ਨਾ ਕੋਈ ਗੱਲ ਨਹੀਂ ਤਾਂ ਇਹਨੇ ਵੀ ਆਪਣੇ ਸਿਧਾਂਤ ਦੇ ਵਿੱਚ ਦੱਸਿਆ ਸੀ ਜੀ ਪ੍ਰੀ ਕਨਵੈਂਸ਼ਨਲ ਕਨਵੈਂਸ਼ਨਲ ਤੇ ਪੋਸਟ ਕਨਵੈਂਸ਼ਨ ਗੱਲ ਸਾਰ ਇਸ ਸਮਰ ਦੇ ਵਿੱਚ ਔਰਤਾਂ ਦੇ ਅੰਦਰ ਕੋਈ ਨੈਤਿਕਤਾ ਨਹੀਂ ਪਾਈ ਜਾਂਦੀ ਹੈਗੀ ਕਨਵੈਨਸ਼ਨ ਦੇ ਵਿੱਚ ਆ ਕੀ ਕਹਿੰਦੀ ਹੈ ਵੀ ਔਰਤ ਆਪਣੀ ਜ਼ਿੰਮੇਵਾਰੀ ਨੂੰ ਸਮਝ ਲਾਂਗੀਆਂ ਤੇ ਆਤਮ ਬਲਿਦਾਨ ਦੀ ਭਾਵਨਾ ਉਹਦੇ ਅੰਦਰ ਪਾਈ ਜਾਂਦੀ ਹੈ ਤੇ ਆਪਣੇ ਨਾਲੋਂ ਮਾਤਾ ਪਿਤਾ ਦੇ ਭੈਣ ਭਰਾ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਜਾਂਦੀਆਂ ਨੇ ਕਿਉਂਕਿ ਉਹਨਾਂ ਦੇ ਅੰਦਰ ਚਿੰਤਾ ਤੇ ਜੁੜਾਅ ਹੁੰਦਾ ਹੈ ਦੇਖਭਾਲ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂਗੇ ਨਾ ਤੇ ਪੋਸਟ ਕਨਵੈਨਸ਼ਨ ਪੋਸਟ ਕਨਵੈਨਸ਼ਨ ਵਿੱਚ ਕੀ ਹੁੰਦਾ ਵੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਜਾਂਦੀਆਂ ਨੇ ਆਪਣੇ ਜਦੋਂ ਉਹਨਾਂ ਦਾ ਪਰਿਵਾਰ ਬਣ ਜਾਂਦਾ ਪ੍ਰੋਪਰ ਹੈ ਨਾ ਤਾਂ ਤੇ ਅਸੀਂ ਤੁਹਾਡਾ ਕੋਰ ਗੱਲ ਗੰਦੀ ਅਲੋਚਨਾ ਸਿਨਾਤ ਵੀ ਤੇ ਆਈ ਹੋਪ ਕਿ ਤੁਹਾਨੂੰ ਇਹ ਅੱਜ ਦੀ ਕਲਾਸ ਜਿਹੜੀ ਉਹ ਪਸੰਦ ਆਈ ਹੋਊਗੀ ਤੇ ਆਪਾਂ ਲਾਸਟ ਗੱਲ ਇੱਕ ਹੋਰ ਵੀ ਕਰ ਲੈਣੇ ਜਾਂਦੇ ਹਾਂ ਵੀ ਜੇ ਸਾਨੂੰ ਪੈਡਾਗੋਜੀ ਬੇਸ ਕੁਸਚਨ ਪੁੱਛਦਾ ਤਾਂ ਅਸੀਂ ਉਹਨੂੰ ਕਿਵੇਂ ਕਰ ਸਕਦੇ ਹਾਂਗੇ ਪੈਡਾਗੋਜੀ ਬੇਸ ਕੁਸਚਨ ਹੈ ਨਾ ਤਾਂ ਇਹ ਕਹਿੰਦਾ ਇਹ ਬੱਚਿਆਂ ਦੇ ਅੰਦਰ ਸੀ ਨੈਤਿਕਤਾ ਨੂੰ ਕਿਵੇਂ ਪੈਦਾ ਕਰ ਸਕਦੇ ਆ ਤੁਸੀਂ ਵੀ ਇਹ ਅਨਸਰ ਦੇ ਸਕਦੇ ਹੋ ਵੀ ਅਸੀਂ ਬੱਚਿਆਂ ਨੂੰ ਕਿਵੇਂ ਉਹਨਾਂ ਦੇ ਅੰਦਰ ਨੈਤਿਕਤਾ ਪੈਦਾ ਕਰ ਸਕਦੇ ਆ ਤਾਂ ਦੇਖੋ ਕੀ ਇਹਦਾ ਆਪਕ ਸਟੇਜਾਂ ਦੇ ਉੱਪਰ ਬੋਲ ਕੇ ਉਹਨਾਂ ਨੂੰ ਕਹਿ ਕੇ ਵੀ ਹਾਂ ਤੁਸੀਂ ਕਹਾਣੀਆਂ ਲਿਖੋ ਵੀ ਨੈਤਿਕ ਮੋਰ ਵੈਲਿਊਸ ਉੱਪਰ ਕਹਾਣੀਆਂ ਲਿਖੋ ਤੁਸੀਂ ਹਨਾ ਕੀ ਉਸ ਪ੍ਰਕਾਰ ਨਾਲ ਬੱਚਿਆਂ ਦੇ ਅੰਦਰ ਨੈਤਿਕਤਾ ਪੈਦਾ ਹੋ ਸਕਦੀ ਹੈ ਜੇ ਬੱਚਾ ਟੀਚਰ ਸਕੂਲ ਜਾਂਦਾ ਹੈ ਤੇ ਉਹ ਜਾਂਦਾ 10 ਮਿੰਟ ਲੇਟ ਤੇ ਜਦ 10 ਮਿੰਟ ਲੇਟ ਤੋਂ ਬਾਅਦ ਉਹ ਜਦੋਂ ਕਿ ਬੱਚਾ ਲੇਟ ਆ ਰਿਹਾ ਸਕੂਲ ਤਾਂ ਉਹ ਪੁੱਛੂਗਾ ਕਿ ਬਈ ਤੂੰ ਲੇਟ ਕਿਉਂ ਆਇਆ ਹਨਾ ਤੇ ਕੀ ਉਹਨੂੰ ਪੁੱਛਣ ਦਾ ਅਧਿਕਾਰੀ ਹੈਗਾ ਉਹ ਠੀਕ ਹੈ ਜੀ ਉਹਨੂੰ ਪੁੱਛਣ ਦਾ ਅਧਿਕਾਰੀ ਹੈਗਾ ਹੈਗਾ ਇਹਦਾ ਮਤਲਬ ਕੀ ਹੈ ਵੀ ਸਾਨੂੰ ਖੁਦ ਨੂੰ ਪ੍ਰੈਜੈਂਟ ਕਰਨਾ ਪਊਗਾ ਬੱਚਿਆਂ ਦੇ ਸਾਹਮਣੇ ਟੀਚਰ ਨੂੰ ਇੱਕ ਖੁਦ ਮਾਡਲ ਬਣਨਾ ਪੈਂਦਾ ਰੋਲ ਮਾਡਲ ਬਣਨਾ ਪੈਂਦਾ ਕਿਉਂਕਿ ਬੱਚੇ ਤੁਹਾਨੂੰ ਦੇਖ ਕੇ ਸਿੱਖਦੇ ਨੇ ਠੀਕ ਹੈ ਬੱਚੇ ਸਭ ਤੋਂ ਜ਼ਿਆਦਾ ਆਪਣੇ ਟੀਚਰ ਨੂੰ ਹੀ ਦੇਖ ਕੇ ਸਿੱਖਦੇ ਹੁੰਦੇ ਨੇ ਮੇਰਾ ਟੀਚਰ ਕੀ ਕਰ ਰਿਹਾ ਤੁਹਾਨੂੰ ਕੀ ਲੱਗਦਾ ਹੋਊਗਾ ਕਿ ਤੁਹਾਨੂੰ ਤੁਸੀਂ ਕੋਈ ਵੀ ਐਕਟੀਵਿਟੀਜ਼ ਕਰਦੇ ਹੋ ਤਾਂ ਉਹਨਾਂ ਉਸ ਐਕਟੀਵਿਟੀਜ਼ ਬਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਬੱਚੇ ਨੂੰ ਤੁਹਾਡੀ ਹਰ ਗੱਲ ਦਾ ਪਤਾ ਹੁੰਦਾ ਬੱਚੇ ਨੂੰ ਤੁਹਾਡੀ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਵੀ ਮੇਰਾ ਟੀਚਰ ਕੀ ਹੈ ਇਹਨਾਂ ਟੀਚਰ ਕੀ ਸੋਚ ਰੱਖਦਾ ਹੈਗਾ ਮੇਰੇ ਟੀਚਰ ਕਿਸ ਲੈਵਲ ਤੇ ਸੋਚਦਾ ਹੈਗਾ ਮਤਲਬ ਹਰ ਬੱਚੇ ਨੂੰ ਉਸ ਦੀ ਉਮਰ ਦੇ ਅਕੋਰਡਿੰਗ ਪਤਾ ਹੁੰਦਾ ਹੈਗਾ ਠੀਕ ਹੈ ਕਿਉਂਕਿ ਬੱਚੇ ਦੀ ਉਮਰ ਦੇ ਅਕੋਰਡਿੰਗ ਉਹਦੀ ਨੈਤਿਕਤਾ ਜਾਂ ਉਹਦੀ ਸੋਚਣ ਦੀ ਜਿਹੜੀ ਸ਼ਮਤਾ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈਗੀ ਠੀਕ ਹੈ ਨਾ ਬੱਚੇ ਉਸ ਤਰੀਕੇ ਨਾਲ ਸੋਚਦੇ ਨੇਗੇ ਹਣਾ ਤਾਂ ਫਿਰ ਅਸੀਂ ਕਿਵੇਂ ਬੱਚੇ ਦੇ ਅੰਦਰ ਮੋਰੈਲਟੀ ਪੈਦਾ ਕਰ ਸਕਦੇ ਹਾਂ ਕਿ ਅਸੀਂ ਇਕੱਲੀਆਂ ਸਟੋਰੀਆਂ ਸੁਣਾ ਸਕਦੇ ਹਾਂ ਬਈ ਨਹੀਂ ਕਿ ਅਸੀਂ ਦੱਸ ਸਕਦੇ ਹਾਂ ਬਈ ਅਸੀਂ ਉਸ ਪ੍ਰਕਾਰ ਦਾ ਪਹਿਲਾਂ ਆਚਰਣ ਕਰੀਏ ਠੀਕ ਹੈ ਜਦੋਂ ਅਸੀਂ ਆਚਰਣ ਕਰਾਂਗੇ ਫਿਰ ਹੀ ਅਸੀਂ ਉਸ ਨੂੰ ਸਟੋਰੀਆਂ ਠੀਕ ਹੈ ਜੀ ਹੁਣ ਕਿਸੇ ਸੰਤ ਨੇ ਕੋਈ ਮਾਤਾ ਸੀ ਆਪਣੇ ਅ ਬੱਚੇ ਨੂੰ ਕਿਸੇ ਸੰਤ ਕੋਲ ਲੈ ਕੇ ਜਾਂਦੀ ਹੈ ਉਹ ਕਹਿੰਦੀ ਵੀ ਅ ਗੁਰੂ ਜੀ ਇਹ ਕਹਿੰਦੀ ਵੀ ਗੋੜਣ ਖਾਂਦਾ ਗੋੜੇ ਦੀ ਗੁੜ ਦੀ ਆ ਤੇ ਛੜਾਓ ਜੀ ਮਿੱਠਾ ਬਹੁਤ ਖਾਂਦਾ ਨਾ ਸ਼ੂਗਰ ਨਾ ਹੋ ਜਾਏ ਕਿਤੇ ਸੰਤ ਜੀ ਕਹਿੰਦੇ ਭਈ ਤੂੰ ਮਹੀਨੇ ਬਾਅਦ ਆਈ ਮੇਰੇ ਕੋਲੇ ਉਹ ਭਈ ਮਹੀਨੇ ਬਾਅਦ ਜਾਂਦੀ ਹੈ ਤੇ ਸੰਤ ਨੂੰ ਪੁੱਛਦੀ ਹੈ ਕਿ ਸੰਤ ਜੀ ਹੁਣ ਦੱਸੋ ਇਹਨੂੰ ਕੋਈ ਜੋ ਉਪਦੇਸ਼ ਕਹਿੰਦਾ ਬੱਚੇ ਗੁੜ ਨਹੀਂ ਖਾਣਾ ਚਾਹੀਦਾ ਗੁੜ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹ ਜੇ ਖਾਏਗਾ ਤਾਂ ਇਹਨੂੰ ਬੜਾ ਨੁਕਸਾਨ ਹੋ ਜਾਊਗਾ ਠੀਕ ਹੈ ਜੀ ਉਹ ਮਾਤਾ ਬੜੀ ਹੈਰਾਨ ਹੁੰਦੀ ਹੈ ਕਹਿੰਦੀ ਵੀ ਮੈਂ ਵੀ ਮਹੀਨਾ ਬਾਅਦ ਕੋਲ ਪਹਿਲਾਂ ਆਈ ਸੀਗੀ ਤੁਸੀਂ ਇਹੀ ਗੱਲ ਮਹੀਨਾ ਪਹਿਲਾਂ ਕਹਿ ਦਿੰਦੇ ਜੀ ਵੀ ਗੁੜ ਨਹੀਂ ਖਾਣਾ ਹੈਗਾ ਗੁੜ ਸਿਹਤ ਲਈ ਹਾਨੀਕਾਰਕ ਹੁੰਦਾ ਹੈਗਾ ਹਨਾ ਤੁਸੀਂ ਹੁਣ ਵੀ ਇਹੀ ਗੱਲ ਕਹਿ ਰਹੇ ਹੋਗੇ ਮਹੀਨੇ ਬਾਅਦ ਵੀ ਇਹੀ ਗੱਲ ਕਹਿ ਰਹੇ ਹੋ ਪਹਿਲਾਂ ਕੋਈ ਨਹੀਂ ਇਹ ਗੱਲ ਕਹੀ ਹੈਗੀ ਹਨਾ ਉਹ ਕਹਿੰਦਾ ਮਾਤਾ ਮੈਂ ਤੈਨੂੰ ਕੀ ਅਸਾਂ ਮਹੀਨਾ ਪਹਿਲਾਂ ਤਾਂ ਮੈਂ ਆਪ ਗੁੜ ਖਾਂਦਾ ਸੀਗਾ ਹਨਾ ਮੈਂ ਬੱਚੇ ਨੂੰ ਕਿਵੇਂ ਕਹਿ ਦਿੰਦਾ ਹਨਾ ਜਿਹੜੀ ਚੀਜ਼ ਮੈਂ ਆਪ ਕਰਦਾ ਹੋਊਗਾ ਠੀਕ ਹੈ ਜੀ ਜੋ ਕਿ 네ਗੇਟਿਵ ਗੱਲ ਹੋਊਗੀ ਤਾਂ ਹਾਂ ਉਹ ਵੀ ਬੱਚਾ ਫਿਰ ਹੁਣ ਮੈਂ ਮੈਂ ਜੇ ਬੱਚੇ ਨੂੰ ਮੰਨ ਲਵਾਂ ਕਹਿੰਦਾ ਵੀ ਭਾਈ ਬੱਚੇ ਤੂੰ ਗੋੜ ਨਹੀਂ ਖਾਣਾ ਕਿ ਨੁਕਸਾਨ ਕਰਦਾ ਬੱਚਾ ਕਿਉਂਕਿ ਤੂੰ ਤਾਂ ਆਪ ਗੋੜ ਖਾਂਦਾ ਬਈ ਹਨਾ ਟੀਚਰ ਜੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਜਿਹੜੀ ਸਮਾਜ ਦੇ ਵਿੱਚ ਨੈਗੇਟਿਵ ਮੰਨੀ ਜਾਂਦੀ ਹੈ ਤੇ ਫਿਰ ਅਸੀਂ ਦੂਸਰੇ ਬੱਚੇ ਨੂੰ ਕਿਵੇਂ ਰੋਕ ਸਕਦੇ ਹਾਂ ਇਸ ਕਰਕੇ ਟੀਚਰ ਨੂੰ ਇੱਕ ਰੋਲ ਮਾਡਲ ਬਣਨਾ ਪੈਂਦਾ ਹੁੰਦਾ ਹੈ ਕਿ ਜੀ ਅਸੀਂ ਬੱਚੇ ਦੇ ਅੰਦਰ ਨੈਤਿਕਤਾ ਦੇ ਗੁਣ ਪੈਦਾ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਦੀ ਠੀਕ ਹੈ ਯਦੂ ਐਜੂਕੇਸ਼ਨ ਦਾ ਐਪ ਹੈ ਸਾਡਾ ਜਦੋਂ ਐਜੂਕੇਸ਼ਨ ਐਪ ਨੂੰ ਡਾਊਨਲੋਡ ਕਰ ਲਿਓ ਠੀਕ ਹੈ ਜੀ ਉਹਦੇ ਉੱਪਰ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਮਿਲ ਜਾਇਆ ਕਰਨੀਆਂ ਠੀਕ ਹੈ ਚਲੋ ਤਾਂ ਆਈ ਹੋਪ ਕਿ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਊਗੀ ਠੀਕ ਹੈ ਥੈਂਕਸ ਫॉर ਵਾਚਿੰਗ ਠੀਕ ਹੈ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਦੇ ਉੱਪਰ ਨਵੇਂ ਆਏ ਹੋ ਠੀਕ ਹੈ ਜੀ ਤੇ ਆਪਣੇ ਬੈਲ ਆਈਕਨ ਦਾ ਬਟਨ ਦਬਾ ਦਿਓ ਜਰੂਰ ਠੀਕ ਹੈ ਤੇ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਅਸੀਂ ਲੈ ਕੇ ਆਉਂਦੇ ਰਹਾਂਗੇ ਤਾਂ ਮਿਲਦੇ ਹਾਂ ਫਿਰ ਇੱਕ ਨਵੀਂ ਕਲਾਸ ਦੇ ਨਾਲ ਤਾ